ਜੀਵ ਮੇਰਾ ਤੂੰ ਪੁੱਤਰਾਂ ਵਰਗਾ ਬੱਚਿਆਂ ਵਰਗਾ ਮੇਰੇ ਨਾਲ ਤੂੰ ਕੋਈ ਬੇਈਮਾਨੀ ਨਾ ਕਰੀ ਵੀ ਸਾਡੇ ਅਕਾਲੀ ਆਗੂ ਇਹ ਕਹਿੰਦੇ ਨੇ ਦਿੱਲੀ ਦਾ ਤਖਤ ਕਦੇ ਆਪਣੇ ਨਾਲ ਸਿਰੇ ਨਹੀਂ ਚੜਦਾ ਆਪਣੇ ਨਾਲ ਬੇਈਮਾਨੀ ਹੋਊ ਜਿਹੜੀ ਇੱਥੋਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਜਿਨ੍ਹਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੇ ਆਗੂ ਸੀ ਗੁਰਚਰਨ ਸਿੰਘ ਟੌੜਾ ਵੱਡੇ ਆਗੂ ਸੀ ਇਹਨਾਂ ਧਿਰਾਂ ਨੇ ਉਹ ਸਮਝੌਤੇ ਨੂੰ ਮੰਨਿਆ ਨਹੀਂ ਇਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੰਤ ਅਖੀਰਲੇ ਇਹ ਗੱਲਾਂ ਕਰ ਰਹੇ ਸੀ ਅਤੇ ਉਹਨੇ ਰਿਵਾਲਵਰ ਕੱਢ ਕੇ ਉਹਨੇ ਸੇਧ ਲਾਈ ਤਾਂ ਇਹ ਸੁਣਦੇ ਸੀ ਮੇਰੇ ਉਹ ਨਿਗਾਹ ਪੈ ਗਿਆ ਹੈ ਮੈਂ ਦੇਖਿਆ ਵੀ ਇਹ ਮੁੰਡਾ ਸੰਤਾਂ ਦੇ ਗੋਲੀ ਮਾਰਦਾ ਸੀ ਜਦੋਂ ਮੈਂ ਇਹ ਦੇਖਿਆ ਤਾਂ ਮੇਰਾ ਆਪ ਮਨ ਪਸੀਜਿਆ ਪਿਆ ਸੀ ਮੈਂ ਕਿਹਾ ਮਾਰ ਦਵਾਂ ਉਹਨੂੰ ਇੱਕਦਮ ਚਿੰਬੜ ਗਿਆ ਮੈਂ ਕਿਹਾ ਨਾ ਮਾਰੀ ਨਾ ਮਾਰੀ ਜਦੋਂ ਇਹ ਗੋਲੀ ਚੱਲ ਗਈ ਤਾਂ ਇੱਕਦਮ ਭਗਦੜ ਮੱਚ ਗਈ ਪਰੇ ਹੋ ਜਾਓ ਪਰੇ ਹੋ ਜਾਓ ਰਿਵਾਲਵਰ ਕੱਢਿਆ ਵਾ ਪਰੇ ਹੋ ਜਾਓ ਇੰਨੀ ਘਬਰਾਹਟ ਸੀਗੀ ਭੈ ਦਾ ਮਾਹੌਲ ਹੁੰਦਾ ਸੀ ਉਹਨਾਂ ਦਿਨਾਂ 'ਚ ਉਹਨਾਂ ਨੇ ਕਿਹਾ ਵੀ ਕੋਈ ਸੰਤਾਂ ਦਾ ਇਹ ਗੰਨਵੇਂ ਨਹੀਂ ਨਾਲ ਦਾ ਪ੍ਰਾਈਵੇਟ ਉਹ ਪਾਸੇ ਹੋ ਗਏ ਨੇ ਫਿਰ ਪਿੱਛੇ ਦੀ ਨਾਲ ਜਾ ਕੇ ਕੋਲੇ ਜਾ ਕੇ ਦੋ ਤਿੰਨ ਗੋਲੀਆਂ ਸੰਤਾਂ ਦੇ ਮਾਰੀ ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ 20ਵੀਂ ਸਦੀ ਦਾ 8ਵਾਂ ਦਹਾਕਾ ਪੰਜਾਬ ਲਈ ਬਹੁਤ ਸੰਕਟਾਂ ਅਤੇ ਦੁੱਖਾਂ ਭਰਿਆ ਸੀ ਉਸ ਦੌਰ ਦੇ ਵਿੱਚ ਸਾਕਾ ਨੀਲਾ ਤਾਰਾ ਬਲੈਕ ਥੰਡਰ ਜਿਹੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਅਤੇ ਬਹੁਤ ਸਾਰੇ ਜਿਹੜੇ ਅਸੀਂ ਕਹਿ ਲਈਏ ਵੀ ਸਾਡੇ ਕੌਮੀ ਲੀਡਰ ਕੌਮ ਦੇ ਲੀਡਰ ਜਿਹੜੇ ਹੈ ਉਹ ਆਪਣੀਆਂ ਜਵਾਨਾਂ ਗੁਆ ਬੈਠਦੇ ਨੇ ਸਾਕਾ ਨੀਲਾ ਤਾਰਾ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਇੱਕ ਦੌਰ ਆਉਂਦਾ ਹੈ ਪੰਜਾਬ ਅਤੇ ਦਿੱਲੀ ਸਰਕਾਰ ਦਾ ਇੱਕ ਸਮਝੌਤਾ ਹੁੰਦਾ ਹੈ ਉਸ ਸਮਝੌਤੇ 'ਤੇ ਸਹੀ ਪਾਉਂਦੇ ਨੇ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਉੱਧਰੋਂ ਪ੍ਰਧਾਨ ਮੰਤਰੀ ਉਸ ਵੇਲੇ ਦੇ ਰਾਜੀਵ ਗਾਂਧੀ ਦਸਖਤ ਕਰਦੇ ਨੇ ਉਸ ਸਮਝੌਤੇ ਦਾ ਕੀ ਬਣਿਆ ਉਹ ਆਪਾਂ ਨੂੰ ਸਭ ਨੂੰ ਪਤਾ ਹੈ ਪਰ ਸੰਤਾਂ ਨੂੰ ਉਸ ਸਮਝੌਤੇ ਦੀ ਬੜੀ ਮਹਿੰਗੀ ਕੀਮਤ ਤਾਰਨੀ ਪਈ ਅਤੇ ਆਪਣੀ ਜਾਨ ਤੋਂ ਹੱਥ ਧੋਣੇ ਪਏ ਉਹ ਸਾਰਾ ਵਾਕਿਆ ਸੰਗਰੂਰ ਜ਼ਿਲ੍ਹੇ ਦੇ ਸ਼ੇਰਪੁਰ ਪਿੰਡ ਦੇ ਵਿੱਚ ਕਿਵੇਂ ਵਾਪਰਿਆ ਕਿਵੇਂ ਉਹਨਾਂ 'ਤੇ ਸੰਤਾਂ 'ਤੇ ਹਮਲਾ ਹੁੰਦਾ ਹੈ ਕਿਸ ਤਰ੍ਹਾਂ ਸਾਰਾ ਘਟਨਾਕ੍ਰਮ ਵਾਪਰਦਾ ਹੈ ਉਸ ਬਾਰੇ ਅਸੀਂ ਗੱਲ ਕਰਾਂਗੇ ਉਸ ਘਟਨਾ ਦੇ ਚਸ਼ਮਦੀਦ ਗਵਾਹ ਜਥੇਦਾਰ ਕਰਮਜੀਤ ਸਿੰਘ ਉਰਫ ਬਿੱਲੂ ਜਥੇਦਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਬਾਈ ਦਵਿੰਦਰ ਪਾਲ ਜੀ ਤੁਹਾਡਾ ਅਤੇ ਤੁਹਾਡੇ ਚੈਨਲ ਦਾ ਸਾਰੇ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਇਹ ਮੌਕਾ ਦਿੱਤਾ ਅੱਛਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ 20 ਅਗਸਤ 1985 ਦਾ ਉਹ ਦਿਨ ਜਿਹੜਾ ਕਿ ਤੁਹਾਨੂੰ ਅਜੇ ਤੱਕ ਵੀ ਚੇਤਿਆਂ 'ਚ ਆਇਆ ਤੁਸੀਂ CBI ਦੀਆਂ ਅਦਾਲਤਾਂ ਦੇ ਵਿੱਚ ਗਵਾਹੀਆਂ ਵੀ ਭੁਗਤੀਆਂ ਚਸ਼ਮਦੀਦ ਗਵਾਹ ਵਜੋਂ ਸਾਰੀ ਜਿਹੜੀ ਆ ਉਸ ਕੇਸ ਦੇ ਵਿੱਚ ਜੋ ਵੀ ਤੁਹਾਡੀ ਭੂਮਿਕਾ ਸੀ ਉਹ ਤੁਸੀਂ ਨਿਭਾਈ ਕਿਵੇਂ ਉਹ ਵਾਕਿਆ ਹੁੰਦਾ ਅਤੇ 20 ਅਗਸਤ ਹੀ ਕਿਵੇਂ ਸੰਤਾਂ 'ਤੇ ਹਮਲੇ ਦਾ ਦਿਨ ਚੁਣਿਆ ਜਾਂਦਾ ਬਾਈ ਦਵਿੰਦਰਪਾਲ ਤੁਹਾਨੂੰ ਵੀ ਪਤਾ ਸੰਸਾਰ ਭਰ 'ਚ ਵੱਸਦੇ ਚੇਤਨ ਲੋਕਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਇੱਕ ਇਸ ਤਰ੍ਹਾਂ ਦਾ ਮਤਾ ਸੀ ਦਸਤਾਵੇਜ਼ ਸੀ ਜਿਹੜਾ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦਾ ਸੀ ਉਹ ਅਨੰਦਪੁਰ ਦਾ ਮਤਾ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਦੁਨੀਆ ਦੇ ਵਿੱਚ ਮੰਨਿਆ ਗਿਆ ਉਹਦੇ ਵਿੱਚ ਪੰਜਾਬ ਦੀਆਂ ਮੰਗਾਂ ਪਾਣੀਆਂ ਦੇ ਮਸਲੇ ਨਹਿਰੀ ਪਾਣੀਆਂ ਦੇ ਦਰਿਆਵਾਂ ਦੇ ਮਸਲੇ ਪੰਜਾਬੀ ਬੋਲ ਦੇ ਇਲਾਕਿਆਂ ਦੇ ਮਸਲੇ ਫੌਜ ਦੇ ਵਿੱਚ ਭਰਤੀ ਦਰਬਾਰ ਸਾਹਿਬ ਦੀ ਜੋ ਉੱਥੋਂ ਬ੍ਰੌਡਕਾਸਟ ਹੁੰਦੇ ਸੀ ਗੁਰਬਾਣੀ ਕੀਰਤਨ ਉਹਦੇ ਡਾਇਰੈਕਟਰ ਲਏ ਬਹੁਤ ਸਾਰਾ ਉਹ ਵੱਡਾ ਦਸਤਾਵੇਜ਼ ਸੀ ਜਿਹੜਾ ਉਦੋਂ ਕਈ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਤਿਆਰ ਕੀਤਾ ਅਨੰਦਪੁਰ ਸਾਹਿਬ ਦੇ ਵਿੱਚ ਉਹ ਤਿਆਰ ਹੋਇਆ ਜਿਹਦਾ ਕਰਕੇ ਉਹਨੂੰ ਅਨੰਦਪੁਰ ਦਾ ਮਤਾ ਕਿਹਾ ਗਿਆ ਅਤੇ 80-81 ਦੇ ਦਹਾਕਿਆਂ ਦੇ ਦੌਰਾਨ ਉਸ ਅਨੰਦਪੁਰ ਦੇ ਮਤੇ ਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾਤਾ ਉਹਦੀ ਪੂਰਤੀ ਲਈ ਸੈਂਟਰ ਦੀ ਸਰਕਾਰ ਤੋਂ ਉਹ ਮੰਗਾਂ ਮਨਵਾਉਣ ਦੇ ਲਈ ਮੋਰਚਾ ਲਾਇਆ ਉਹ ਮੋਰਚਾ ਅੰਮ੍ਰਿਤਸਰ ਦੇ ਵਿੱਚ ਚੱਲਿਆ
तो उस वक्त उन्हां मंगां नूं लैके ही उन्हां टाइम दे जिहड़े अपने दमदमी टकसाल दे मुखी संत बाबा जरनैल सिंह खालसा भिंडरांवाले सी उन्होंने भी वह मंगां नूं आनंदपुर के मते का उन्होंने भी मोर्चा लाया। जिहड़ा संत भिंडरांवाले ने मोर्चा शुरू करिया उन्होंने करिया मेहता चौक तो जिथे टकसाल का हैडक्वाटर आ, तो श्रोमणी अकाली दल ने वह मोर्चा शुरू करिया दरबार साहब तो जिथे अकाली दल का हैडक्वाटर सी। कुछ टाइम दोने थावां तो जथे जाते रहे, थोड़ी जी चेर चलण तो बाद फिर यह मोर्चा मेहता चौक तो संत भिंडरांवाले भी बदल के दरबार साहब ही ले आए अमृतसर। फिर यह मोर्चा इत्थे दोने संतां ने दोनों धिरां ने यह सांझा मोर्चा बना के अंदोलन यह शुरू करिया। पिंडां दे विच्चों अकाली आगू सरगर्म जथेदार जथे लेके जांदे, 1100-1100 बंदा तकरीबन रोज़ जांदा अमृतसर, ते वो गिरफ्तारी दिंदे, सरकार उन्हां नूं रैसट करदी, कदे हफ्ता कदे 10 दिन कदे 15 दिन उन्हां नूं जेल विच रख्या जांदा, ते उदों बाद वो रिहा कर दिंदे। ये लगातार ये जथे जाण दा वो जिहड़ा सीगा वो धर्म युद्ध मोर्चा शुरू होया। संत हरचंद सिंह लौंगोवाल नूं उस मोर्चे दे वो प्रधान भी सी श्रोमणी अकाली दल दे, ते वो धर्म युद्ध मोर्चे दे उन्हां नूं डिक्टेटर भी बनाया गया, उन्हां कोले पूरी पावर सी मोर्चे दी। ते वो लगातार संत इहो जिहा समां रहा कि दोवें संत मंजी साहब दे विच्चों जथा रोज़ गिरफ्तारी देण जांदा। मंजी साहब च दोने संत लौंगोवाल ते संत भिंडरांवाले दोने जथे नूं तोरदे, भाषण करदे, तकरीरां करदे, ते उदों बाद जथा बाहर जाके गिरफ्तारी दिंदा ते बसां दे विच चढ़ा के उन्हां नूं जेल च लै जांदे। इस तरह यह प्रक्रिया चलती गई, रोज़ चलती गई, जिथे नाल नाल जथां दा धर्म युद्ध मोर्चा चलता रहा उत्थे नाल नाल उस समय दे विच जो खाड़कू लहर सी वह भी उभरती गई। कुछ धिरां कहिंदियां ने सरकार कहिंदी आ भी ये जिहड़ा खाड़कूवाद सी ये संत भिंडरांवालियां दी देण सी, ये उन्हां दी खालिस्तान दी मूवमेंट सी, ओह ये जंग लड़ रहे सी हथियारबंद घोल जिहड़ा लड़िया गया। वो कहिंदे सी भी नहीं ये देश दीआं एजेंसियां करा रहीआं ने, ये दोने धिरां एक दूसरे उपर ये दोष लाउंदियां सी, ते ये सारा जगत जाणदा भी उन्हां दिनां दे विच काफ़ी कतल होने रोज़ ही होने, ते उन्हां दी बड़ी चर्चा होनी, बहुत रौला पैना। हौली हौली वो दोवें धिरां दा थोड़ा बहुत टकराव भी होण लग गया। टकराव होण लग्गिया तां सेंटर दी सरकार सी श्रीमती इंदिरा गांधी, उदों देश दी प्रधानमंत्री सी, उन्हां नूं घेरना प्रेस ने रोज़, उन्होंने कहना भी आ पंजाब च रोज़ कतल हुंदे ने, ये कतलां नूं रोको, तुसीं क्यों नहीं रोकदे, ये रोज़ बंदे क्यों मर रहे ने, नजायज़ असले नजायज़ गोलीबारी होनी, कदे पुलिस दे अधिकारी मारे जाने, फोर्स सुरक्षा फोर्सां मारियां जाणियां। सी आर पी पंजाब दे विच लाई गई उस मूवमेंट नूं दबाउण लई, सी आर पी ते हमले होने, बसां दे विच्चों कढ के हिंदू बरादरी दे लोकां नूं मारिया जाणा, बसां चों रेलां दे विच्चों बाजारां दे विच, बहुत भयानक दौर एक समें दा चलिया। तो ये चलते चलते तो सेंटर की सरकार ने कई बार कोशिश की भी ये बंद होवे, उस समय की सरकार ने इंदिरा गांधी ने उन्होंने कोशिश की विचोले पा के भी तुसीं ये हथियारबंद जिहड़ी लड़ाई है थोड़े वल्लों ये बंद होनी चाहिए आ, थोड़े वल्लों लड़ी जा रही आ, तुसीं दसो थोड़ियां की मंगां ने, मैं टेबल ते बैठ के थोड़ियां मंगां सारियां मनण नूं तैयार हाँ, तुसीं बैठ के गल कर लो। पर वो गल पता नहीं की कारण सी, वह तो उही आगू जानदे आ, सरकारां जानदियां ने, पर वह कई बार गल चल के नेड़े लग के वो बिच टुटदी रही, वो गल नेपरे ना चढ़ी। सुनण दे विच इह भी आउंदा रहा भी हिंदुस्तान की सरकार इंदिरा गांधी ने इत्थों तक उन्हां धिरां नूं खालिस्तानी धिरां नूं मौके दित्ते भी तुसीं ये लड़ाई बंद कर दिओ, तुसीं पंजाब दे विच आपदा राज भाग बना लो, मैं थोड़ी सरकार बना के दे दिंदी आं, तुसीं आप पंजाब दा राज भाग सांभ लो। पर वो गल भी सिरे ना चढ़ी। फिर एक मौका इहो जिहा भी आया जदों
केंद्र सरकार धारा 370 जिहड़ी हुण बाद च कश्मीर दे विच्चों हटाई गई आ, धारा 370 देण तक दीआं वी गल्लां चर्चा चली वी, धारा 370 लै लो तुसीं वी इह लड़ाई बंद करो, पर यह मार मराई आ जिहड़ी, इह क्योंकि दुनिया पद्धर च रौला पैंदा सी, रोज़ प्रैस च खबरां आउंदियां सी, ते पर इह गल नेड़े ना लगी। तो अंत नूं उहदा तुहानूं पता वी अखीर च इह होया वी उन्हां नूं उस लड़ाई का अंत जिहड़ा करना सी उहदे लई ब्लू स्टार ऑपरेशन, बहुत साका नीला तारा, बहुत वड्डा दुखांत सी, बहुत दुखदाई घटना सी, बहुत वड्डा उह दुखांत सी जिहदे विच फौज दे वी सैकड़े शहीद होए, तो सिख गुरीले जिहड़े बार इह जो लड़दे सी हथियारबंद घोल समेत संत जरनैल सिंह भिंडरांवाले, वह भी बेदोशे भी बहुत मारे गए, बहुत बेदोशे भी हज़ारां लोग मारे गए, क्योंकि फौज का अटैक सी, वह इहो जिहा भयानक सी वी फौज जदों कोई ऑपरेशन करदी आ तां उह सारा कंट्रोल आपदे हथ च लै लैंदी आ। मेरे याद ने उह दिन जवानी दे दिन सी साडे, ब्लू 84 दे विच, जून दे विच 84 च जदों ब्लू स्टार ऑपरेशन होया तां सारे पंजाब दा कंट्रोल मिलटरी ने आपदे हथ च लै लिया सी, ना कोई SSP सी, ना कोई थानेदार सी, ना DSP सी, सारे थां फौज ही फौज बैठी सी, सारे पंजाब नूं टोटल सील करता, करफ्यू ला के सारा पंजाब घरां दे अंदर बंद करता, क्योंकि सरकार नूं डर सी वी कौम उठूगी, वड्डा इह अंदोलन बन सकदा। ते उह ब्लू स्टार आपां नूं पता उह माड़ा दुखांत पंजाब ने देखिया, आपां भोगिया, ते उदों बाद फिर उहदे विच बहुत ज़्यादा नुकसान होया सारियां धिरां दा, अकालियां दे भी कई आगू मारे गए, कई गिरफ्तार होए, सालां बद्धी उह जेलां च रहे, संत लौंगोवाल भी रहे, बादल साहब भी रहे, टौड़ा साहब भी रहे, सुरजीत सिंह बरनाला भी रहे, ये जिन्हें आगू सी बहुत सारे आगू जेलां च रहे, वह फिर हौली हौली अक्सर वह बहाल करना सी, हालात बदलते गए ਤਾਂ ਜਿਹੜੇ ਉਹ ਆਗੂ ਸੀ ਉਹਨਾਂ ਨੂੰ ਹੌਲੀ ਹੌਲੀ ਜੇਲ੍ਹਾਂ 'ਚੋਂ ਬਾਹਰ ਕੱਢਿਆ, ਬਾਹਰ ਕੱਢ ਕੇ ਮਾਹੌਲ ਨੂੰ ਨੋਰਮਲ ਕਰਨ ਦੀ। ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਵੀ ਹੋ ਜਾਂਦਾ, 84 ਜੂਨ ਦੇ ਵਿੱਚ ਇਹ ਕਾਂਡ ਹੁੰਦਾ, ਅਤੇ ਉਸ ਗੁੱਸੇ ਵਜੋਂ ਆਪਾਂ ਨੂੰ ਪਤਾ ਉਹਨਾਂ ਦੇ ਜਿਹੜੇ ਸੁਰੱਖਿਆ ਅਮਲੇ ਦੇ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਉਹਨਾਂ ਦੀ ਨਿੱਜੀ ਸੁਰੱਖਿਆ ਸੀ ਜਿਹੜੀ ਹਰ ਵੇਲੇ ਉਹਨਾਂ ਦੇ ਘਰ ਦੇ ਅੰਦਰ ਵੀ ਰਹਿੰਦੀ ਸੀ ਉਹਨਾਂ ਦੇ ਨਾਲ, ਉਹਨਾਂ ਪੁਲਿਸ ਅਫਸਰਾਂ ਵੱਲੋਂ, ਸੁਰੱਖਿਆ ਅਧਿਕਾਰੀਆਂ ਵੱਲੋਂ ਹੀ ਇੰਦਰਾ ਗਾਂਧੀ ਦਾ ਸ਼ਾਇਦ 2-3 ਮਹੀਨਿਆਂ ਬਾਅਦ ਹੀ ਕਤਲ ਹੋ ਜਾਂਦਾ, ਅਕਤੂਬਰ 'ਚ ਹੁੰਦਾ, ਅਕਤੂਬਰ 'ਚ ਹੁੰਦਾ, ਅਤੇ ਉਦੋਂ ਬਾਅਦ ਫਿਰ ਦੁਬਾਰੇ ਰਾਜੀਵ ਗਾਂਧੀ ਦੀ ਸਰਕਾਰ ਬਣਦੀ ਆ। ਰਾਜੀਵ ਗਾਂਧੀ ਦੀ ਸਰਕਾਰ ਬਣਨ ਤੋਂ ਬਾਅਦ ਫਿਰ ਰਾਜੀਵ ਗਾਂਧੀ ਨੇ ਵੀ ਬਹੁਤ ਯਤਨ ਕੀਤਾ ਵੀ ਮੈਂ ਇਹਨੂੰ ਸ਼ਾਂਤ ਕਰਾਂ। ਉਹ ਸ਼ਾਂਤ ਕਰਨ ਦੇ ਲਈ ਉਹਨਾਂ ਦੇ ਯਤਨਾਂ, ਸੰਤ ਭਿੰਡਰਾਂ ਵਾਲੀ ਜਿਹੜੀ ਧਿਰ ਸੀ ਉਹ ਤਾਂ ਰਹੀ ਨਾ, ਤਾਂ ਸੰਤ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਸੀ, ਇਹ ਬਾਹਰ ਆਏ, ਜੇਲ੍ਹਾਂ 'ਚੋਂ ਬਾਹਰ ਲਿਆਂਦੇ, ਇਹਨਾਂ ਨਾਲ ਰਾਜੀਵ ਗਾਂਧੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਉਸ ਅੰਦੋਲਨ ਦਾ ਸਮਝੌਤਾ ਕਰਨ ਲਈ ਇਹਨਾਂ ਨਾਲ ਗੱਲਬਾਤ ਆਪਦੇ ਪਾ ਕੇ ਵਿਚੋਲੇ ਸ਼ੁਰੂ ਕੀਤੀ। ਸ਼ਾਇਦ ਉਦੋਂ ਗਵਰਨਰ ਅਰਜਨ ਸਿੰਘ ਆਪਣੇ ਪੰਜਾਬ ਦੇ ਗਵਰਨਰ ਹੁੰਦੇ ਸੀ, ਬਾਅਦ ਦੇ ਵਿੱਚ ਉਹ ਵੱਡੇ ਲੀਡਰ ਰਹੇ ਕਾਂਗਰਸ ਪਾਰਟੀ ਦੇ, ਉਹ ਗਵਰਨਰ ਸੀ, ਉਹਨਾਂ ਰਾਹੀਂ ਇਹ ਗੱਲਬਾਤ ਸ਼ੁਰੂ ਹੋਈ, ਅਤੇ ਉਹਦੇ ਰਾਹੀਂ ਉਹ ਜਿਹੜਾ ਅਨੰਦਪੁਰ ਦਾ ਮਤਾ ਸੀ ਉਹ ਸਮਝੌਤਾ ਹੋਇਆ। ਸੰਤ ਲੌਂਗੋਵਾਲ ਪੰਜਾਬ ਵੱਲੋਂ ਇੱਧਰਲੀਆਂ ਜਿਹੜੀਆਂ ਧਿਰਾਂ ਸੀ ਇਹਨਾਂ ਵੱਲੋਂ ਨੁਮਾਇੰਦੇ ਉਹਦੇ ਵਿੱਚ ਬੈਠੇ, ਅਤੇ ਉੱਧਰੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬੈਠੇ। ਉਹ ਰਾਜੀਵ ਲੌਂਗੋਵਾਲ ਸਮਝੌਤੇ ਦੇ ਨਾਂ ਨਾਲ ਉਹ ਸਮਝੌਤਾ ਦੁਨੀਆ ਦੇ ਵਿੱਚ ਉਹ ਜਾਣਿਆ ਗਿਆ, ਅਤੇ ਉਹ ਸਮਝੌਤਾ ਹੋਣ ਤੋਂ ਬਾਅਦ ਜਦੋਂ ਸੰਤ ਲੌਂਗੋਵਾਲ ਸਮਝੌਤਾ ਕਰਕੇ ਪੰਜਾਬ ਦੇ ਵਿੱਚ ਵਾਪਸ ਆਉਂਦੇ ਆ ਤਾਂ ਜਿਹੜੀ ਇੱਥੋਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਜਿਨ੍ਹਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੇ ਆਗੂ ਸੀ, ਗੁਰਚਰਨ ਸਿੰਘ ਟੌੜਾ ਵੱਡੇ ਆਗੂ ਸੀ, ਇਹਨਾਂ ਧਿਰਾਂ ਨੇ ਉਹ ਸਮਝੌਤੇ ਨੂੰ ਮੰਨਿਆ ਨਹੀਂ, ਇਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ। ਸੰਤ ਲੌਂਗੋਵਾਲ ਨੂੰ ਇਹ ਆਖਣ ਲੱਗੇ ਵੀ ਤੁਸੀਂ ਇਹ ਸਮਝੌਤਾ ਗਲਤ ਕਰਕੇ ਆਏ ਹੋ, ਤੁਹਾਨੂੰ ਕਰਨਾ ਨਹੀਂ ਸੀ ਚਾਹੀਦਾ, ਅਸੀਂ ਸਹਿਮਤ ਨਹੀਂ ਹਾਂ। ਉਹਨਾਂ ਨੇ ਵੀ ਵਿਰੋਧ ਕਰਤਾ, ਅਤੇ ਨਾਲ ਦੀ ਨਾਲ ਜਿਹੜੀਆਂ ਖਾੜਕੂ ਧਿਰਾਂ ਸੀ, ਖਾਲਿਸਤਾਨੀ ਧਿਰਾਂ ਸੀ, ਬਲੂ ਸਟਾਰ ਤੋਂ ਬਾਅਦ ਵੀ ਫਿਰ ਉਹ ਬਹੁਤ ਵੱਡੀ ਪੱਧਰ 'ਤੇ ਉਹ ਜਿਹੜਾ ਅੰਦੋਲਨ ਸੀ ਉਹ ਚੱਲ ਰਿਹਾ ਸੀ, ਸੈਂਕੜੇ ਗਰੀਲੇ ਅੰਡਰਗਰਾਊਂਡ ਹੋਏ ਹੋਏ ਸੀ, ਅਤੇ ਉਸੇ ਤਰ੍ਹਾਂ ਉਹ ਮਾਰ ਮਰਾਈ ਫਿਰ ਵੀ ਚੱਲ ਰਹੀ ਸੀ, 84 ਤੋਂ ਬਾਅਦ ਵੀ, ਬਲੂ ਸਟਾਰ ਤੋਂ ਬਾਅਦ ਵੀ ਚੱਲ ਰਹੀ ਸੀ। ਤਾਂ ਉਸ ਫਿਰ
ਉਹਨੂੰ ਕਿਵੇਂ ਹਟਾਇਆ ਜਾਵੇ, ਕਿਉਂਕਿ ਸਰਕਾਰ ਨੇ ਕੇਂਦਰ ਦੀ ਨੇ ਬਲੂ ਸਟਾਰ ਵੀ ਕਰਕੇ ਵੇਖ ਲਿਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਉਹਨਾਂ ਦੀ ਜਿਹੜੀ ਸਾਰੇ ਨਾਲ ਉਹਨਾਂ ਦੇ ਗਰੀਲੇ ਲੜਦੇ ਸੀ ਉਹਨਾਂ ਨੂੰ ਮਾਰਨ ਤੋਂ ਬਾਅਦ ਵੀ ਉਹ ਲੜਾਈ ਸ਼ਾਂਤ ਨਾ ਹੋਈ, ਫਿਰ ਇਹਨਾਂ ਨੂੰ ਇਹ ਸੀ ਵੀ ਹੁਣ ਦੁਬਾਰੇ ਤਾਂ ਲੜਾਈ ਉਦੋਂ ਵੀ ਤਿੱਖੀ ਹੋ ਗਈ, ਆਪਾਂ ਇਹਨੂੰ ਕਿਵੇਂ ਕਰੀਏ, ਕਿਵੇਂ ਇਹਨੂੰ ਰੋਕਿਆ ਜਾਵੇ। ਅਤੇ ਲੜਾਈ ਦਾ ਬਾਈ ਦਵਿੰਦਰ ਇਹ ਗੱਲ ਸੀ ਕਾਰਨ ਵੀ ਅਸਲ ਦੇ ਵਿੱਚ ਜਿਹੜੀ ਪਿੱਛੇ ਜੜ ਸੀ ਨਾ ਉਹ ਇਹ ਸੀ ਵੀ ਪਾਕਿਸਤਾਨ ਹਿੰਦੁਸਤਾਨ ਨੂੰ ਤੋੜਨਾ ਚਾਹੁੰਦਾ ਸੀ, ਕਿਉਂਕਿ ਪਾਕਿਸਤਾਨ ਇੱਕ ਬਦਲਾ ਲੈਣਾ ਚਾਹੁੰਦਾ ਸੀ ਆਪਣੇ ਦੇਸ਼ ਦਾ। ਬੰਗਲਾਦੇਸ਼ ਜਦੋਂ ਬਣਿਆ, ਪਾਕਿਸਤਾਨ ਦੇ ਦੋ ਟੋਟੇ ਹੋਏ, ਉਦੋਂ ਇੰਦਰਾ ਗਾਂਧੀ ਦਾ ਹੀ ਰਾਜ ਸੀ। ਇੰਦਰਾ ਗਾਂਧੀ ਨੇ ਭਾਰਤ ਦੀਆਂ ਫੌਜਾਂ ਸਿੱਧੇ ਰੂਪ ਦੇ ਵਿੱਚ ਬੰਗਲਾਦੇਸ਼ ਦੇ ਹਮਾਇਤ ਦੇ ਵਿੱਚ ਭੇਜੀਆਂ। ਨਹੀਂ, ਆਪਾਂ ਹੁਣ ਉੱਥੇ ਆ ਗਏ ਸੀ ਵੀ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋ ਜਾਂਦਾ ਉਸ ਤੋਂ ਬਾਅਦ ਵਾਲੀ ਗੱਲ। ਹਾਂ, ਉਹ ਜਦੋਂ ਸਮਝੌਤਾ ਕਰਕੇ ਆ ਗਏ ਤਾਂ ਉਹ 7-8 ਮੰਗਾਂ ਸੀਗੀਆਂ ਜਿਹੜੀਆਂ ਮੰਨੀਆਂ ਗਈਆਂ ਸਮਝੌਤੇ ਦੇ ਵਿੱਚ, ਰਾਜੀਵ ਗਾਂਧੀ ਨੇ ਮੰਨੀਆਂ ਵੀ ਅਨੰਦਪੁਰ ਦਾ ਮਤਾ ਤਾਂ ਬਹੁਤ ਲੰਮਾ ਚੌੜਾ ਸੀ ਪਰ ਉਹਦੇ ਵਿੱਚੋਂ ਕੁਛ ਮੰਗਾਂ ਸਰਕਾਰ ਨੇ ਮੰਨੀਆਂ, ਕੁਛ ਛੱਡਤੀਆਂ, ਸਹਿਮਤੀ ਹੋ ਗਈ। ਤਾਂ ਇਹ ਸਮਝੌਤਾ ਹੋਇਆ ਬਾਈ ਜੀ 25 ਜੁਲਾਈ 1985 ਨੂੰ, ਅਤੇ ਉਦੋਂ ਬਾਅਦ ਇਹਦੀ ਚਰਚਾ ਹੋਈ, ਵਿਰੋਧ ਹੋਇਆ, ਰੌਲਾ ਪਿਆ, ਖਾੜਕੂ ਧਿਰਾਂ ਵੀ ਬਹੁਤ ਗੁੱਸੇ ਹੋਈਆਂ। ਸੰਤ ਲੌਂਗੋਵਾਲ ਨੂੰ ਗਦਾਰ ਕਿਹਾ ਉਹਨਾਂ ਨੇ ਵੀ ਤੂੰ ਕਿਉਂ ਕੀਤਾ ਸਮਝੌਤਾ, ਅਸੀਂ ਤਾਂ ਖਾਲਿਸਤਾਨ ਤੋਂ ਘੱਟ ਕੋਈ ਮੰਗ ਨਹੀਂ ਸਾਡੀ, ਅਸੀਂ ਘੱਟੋ ਘੱਟ ਖਾਲਿਸਤਾਨ ਬਣਾਉਣਾ, ਤੈਨੂੰ ਭੇਜਿਆ ਕਿਹਨੇ ਸੀ, ਤੂੰ ਗਦਾਰੀ ਕਰੀ ਆ, ਤੂੰ ਬਹੁਤ ਮਾੜਾ ਕਰਿਆ। ਅਕਾਲੀ ਆਗੂ ਵੀ ਵਿਰੋਧ 'ਚ ਹੋ ਗਏ ਉਸ ਸਮਝੌਤੇ ਦੇ, ਇੱਕ ਤਰ੍ਹਾਂ ਉਹ ਸਮਝੌਤੇ ਦਾ ਵੱਡਾ ਵਿਰੋਧ ਸ਼ੁਰੂ ਹੋ ਗਿਆ। ਤਾਂ ਸੰਤਾਂ ਨੇ ਉਸ ਦਿਨ ਅਕਾਲੀ ਕਾਨਫਰੰਸ ਰੱਖੀ ਹੋਈ ਸੀ ਸ਼ੇਰਪੁਰ। ਅੱਛਾ ਜੀ। ਇਹ ਕਾਨਫਰੰਸ ਬਾਈ ਜੀ ਇਸਤਰੀ ਅਕਾਲੀ ਦਲ ਦੀ ਕਾਨਫਰੰਸ ਸੀ, ਇਹ ਪਹਿਲਾਂ 12 ਅਗਸਤ ਨੂੰ ਰੱਖੀ ਸੀ। ਪਹਿਲੀ ਇਸ ਤਰ੍ਹਾਂ ਦੀ ਪਬਲਿਕ ਮੀਟਿੰਗ ਸੀ ਜਿਹਦੇ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਉਹ ਸਮਝੌਤੇ ਦੀ ਵਿਆਖਿਆ ਕਰਨੀ ਸੀ, ਪਬਲਿਕ ਨੂੰ ਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਦੱਸਣਾ ਸੀ ਵੀ ਸਮਝੌਤਾ ਹੋਇਆ ਕੀ ਆ, ਕਿਹੜੀਆਂ ਕਿਹੜੀਆਂ ਗੱਲਾਂ ਮੰਨੀਆਂ ਨੇ, ਕਿਹੜੀਆਂ ਕਿਹੜੀਆਂ ਨਹੀਂ ਮੰਨੀਆਂ, ਕੀ ਮੇਰੀ ਰਾਜੀਵ ਗਾਂਧੀ ਨਾਲ ਗੱਲ ਹੋਈ ਆ, ਕਿਹੋ ਜਿਹੇ ਮਾਹੌਲ 'ਚ ਹੋਈ ਆ, ਇਹ ਸਾਰਾ ਕੁਛ ਇਹ ਸਾਰਿਆਂ ਦੇ ਜਾਣਨ ਦੀ ਬਹੁਤ ਅੰਦਰ ਕਰੋਸਟੀ ਸੀ ਵੀ ਆਪਾਂ ਸੁਣੀਏ ਸੰਤਾਂ ਦੇ ਮੂੰਹੋਂ। ਅਤੇ 12 ਤਰੀਕ ਨੂੰ ਪਹਿਲੀ ਪਬਲਿਕ ਮੀਟਿੰਗ ਸੀ, 25 ਜੁਲਾਈ ਨੂੰ ਕਰਕੇ ਆਏ ਤਾਂ 12 ਅਗਸਤ ਨੂੰ ਮੀਟਿੰਗ ਰੱਖੀ ਜਿਹਦੇ ਵਿੱਚ ਬੋਲਣਾ ਸੀ, ਉਹ ਰੱਖੀ ਆ ਬਰਨਾਲੇ ਦੇ ਆਪਣੇ ਕੋਲ ਸ਼ੇਰਪੁਰ ਥਾਣਾ, ਅਤੇ 15 ਕੁ ਕਿਲੋਮੀਟਰ 'ਤੇ ਆ ਬਰਨਾਲੇ ਤੋਂ, ਉੱਥੇ ਗੁਰਦੁਆਰੇ ਦੇ ਵਿੱਚ ਕਾਨਫਰੰਸ ਰੱਖੀ। ਉਸ ਦਿਨ ਮੀਂਹ ਪੈ ਗਿਆ ਤਾਂ ਮੀਂਹ ਕਰਕੇ ਉਹ ਕਾਨਫਰੰਸ ਪੋਸਟਪੋਨ ਕਰਤੀ। ਉਸੇ ਦਿਨ ਉਹਦਾ ਦਿਨ ਰੱਖਤਾ ਵੀ ਆਪਾਂ ਇਹਨੂੰ ਹੁਣ 20 ਤਰੀਕ ਨੂੰ 8 ਦਿਨਾਂ ਬਾਅਦ ਕਰਾਂਗੇ, ਅਤੇ 20 ਤਰੀਕ ਦਾ ਦਿਨ ਸੀ। ਅਸੀਂ ਉਹ ਕਾਨਫਰੰਸ ਸੁਣਨ ਦੇ ਲਈ, ਸਾਡੇ ਅੰਦਰ ਵੀ ਸੀਗੀ ਇਹ, ਅਸੀਂ ਯੂਥ ਅਕਾਲੀ ਦਲ 'ਚ ਕੰਮ ਕਰਦੇ ਸੀ, ਸਾਡਾ ਸਤਿਕਾਰਯੋਗ ਵੱਡਾ ਭਰਾ ਸੀ ਸਵਰਗਵਾਸੀ ਹਰਨੇਕ ਸਿੰਘ ਸੇਖਾ, ਸਰਪੰਚ ਸੀ ਸੇਖੇ ਪਿੰਡ ਦੇ, ਉਹਨਾਂ ਦੇ ਨਾਲ ਅਸੀਂ ਕਈ ਮੁੰਡੇ ਨੌਜਵਾਨ ਅਸੀਂ ਆਮ ਹੀ ਪਬਲਿਕ ਮੀਟਿੰਗਾਂ 'ਚ ਜਾਂਦੇ, ਅਤੇ ਅਸੀਂ ਸਾਰੇ ਉਹ ਸਮਾਗਮ ਸੁਣਨ ਦੇ ਲਈ ਸ਼ੇਰਪੁਰ ਚਲੇ ਗਏ ਵੀ ਸੰਤਾਂ ਨੇ ਅੱਜ ਬੋਲਣਾ, ਸੰਤ ਵਿਆਖਿਆ ਕਰਨਗੇ ਪੰਜਾਬ ਸਮਝੌਤੇ ਦੀ। ਅਤੇ ਉਸ ਦੌਰਾਨ ਸ਼ਾਮ ਨੂੰ ਸੰਤ ਆਏ ਉੱਥੇ, ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਸਟੇਜ ਲੱਗੀ ਵੀ ਸੀ 20 ਅਗਸਤ 1985 ਨੂੰ, ਅਤੇ ਅੰਦਰ ਸਟੇਜ ਲੱਗੀ ਵੀ ਸੀ। ਤਾਂ ਹੁਣ ਸਾਨੂੰ ਤਾਂ ਪਤਾ ਨਹੀਂ, ਇਸ ਤਾਂ ਸਰੋਤਿਆਂ ਦੇ ਤੌਰ 'ਤੇ ਬਾਈ ਹਰਨੇਕ ਹੋਰੀ, ਜਹੇਦਾਰ ਕਰਤਾਰ ਸਿੰਘ ਜੀ, ਸ਼ੀਲਾ ਜੀ ਉਹ ਨਾਲ ਸੀ ਸਾਡੇ, ਉਹ ਆਗੂ ਸੀਗੇ, ਉਹ ਸਟੇਜ 'ਤੇ ਬੈਠ ਗਏ, ਅਤੇ ਅਸੀਂ ਸਧਾਰਨ ਵਰਕਰ ਸੀਗੇ, ਅਸੀਂ ਪੰਡਾਲ 'ਚ ਬੈਠ ਗਏ ਵੀ ਚਲੋ ਸੁਣਾਂਗੇ। ਤਾਂ ਸੰਤ ਲੇਟ ਆਏ ਕੋਈ ਸ਼ਾਮ ਨੂੰ, ਉਹਨਾਂ ਨੇ 3 ਵਜੇ ਆਉਣਾ ਸੀ ਪਰ ਉਹ 4:30 ਆਏ, ਅਤੇ ਉਹਨਾਂ ਨੇ ਚੰਡੀਗੜ੍ਹੋਂ ਆਉਣਾ ਸੀ, ਚੰਡੀਗੜ੍ਹੋਂ ਆ ਕੇ ਉੱਥੇ ਬੋਲ ਕੇ ਉਦੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਨੂੰ ਜਾਣਾ ਸੀ। ਅਤੇ ਸੈਂਟਰ ਨੇ ਜਿੱਦਾਂ ਸਮਝੌਤਾ ਕਰਿਆ ਉਹਦੇ ਨਾਲ ਇਹ ਗੱਲ ਤੈਅ ਹੋ ਗਈ ਸੀ ਵੀ ਇਦੋਂ ਬਾਅਦ ਅਸੀਂ ਤੁਹਾਡੀ ਸਰਕਾਰ ਬਣਾ ਦਿਆਂਗੇ, ਤੁਸੀਂ ਇਹ ਸਮਝੌਤੇ ਨੂੰ ਲਾਗੂ ਵੀ ਕਰਾ ਲਿਓ, ਤੁਸੀਂ ਰਾਜ ਭਾਗ ਵੀ ਸਾਂਭਿਓ, ਪਰ ਅਮਨ ਅਮਾਨ ਹੋਣਾ ਚਾਹੀਦਾ। ਤਾਂ ਸੰਤਾਂ ਨੇ ਆ ਕੇ ਬੋਲਣਾ ਸ਼ੁਰੂ ਕੀਤਾ, ਸੰਤਾਂ ਨੇ ਬਾਈ ਦਵਿੰਦਰਪਾਲ ਉਹ ਸਾਰੀ ਗੱਲ ਇੱਕ ਇੱਕ ਗੱਲ ਪੰਜਾਬ ਸਮਝੌਤੇ ਦੀ
राजीव गांधी नाल जिहड़ी होई उन्होंने वह दसनी शुरू करी। उन्होंने मेरे सारियां तां नहीं याद 8 मंगां दसिया। एक उन्होंने दसिया भी अमृतसर तो दरबार साहब तो जिहड़ा कीर्तन आ उह रिले हुंदा, उह डायरैक्ट हुण रेडियो ते रिले होया करूगा। एक उन्होंने करिया फौज दे विच भर्ती सी, वो 2% रिजर्व सी, वह शायद 2% या 5% करन दा सी, वो मंग मन्नी गई। एक पंजाबी बोलदे इलाके उहदा सर्वे होना सी, वह थोनू पंजाब नू देवांगे। चंडीगढ़ थोड़ी राजधानी आ, वह थोनू पंजाब नू देवांगे। तो SYL नहर का मुद्दा, वह पानी वंडिया भी किन्ना पानी पंजाब नू देना, किन्ना हरियाणे नू देना। ਇਹ ਇਸ ਤਰ੍ਹਾਂ ਦੀਆਂ 8 ਮੰਗਾਂ ਸੀ ਆਨੰਦਪੁਰ ਦੇ ਮਤੇ 'ਚੋਂ ਜਿਹੜੀਆਂ ਸੰਤ ਲੌਂਗੋਵਾਲ ਨੇ ਦੱਸਿਆ ਵੀ ਮੈਂ ਆਹ 8 ਮੰਗਾਂ ਦੇ ਉੱਪਰ ਸਮਝੌਤਾ ਕਰਕੇ ਆਇਆ। ਉਹ ਗੱਲ ਕਰਦੇ ਕਰਦੇ ਤਾਂ ਉਹ ਕਹਿਣ ਲੱਗੇ, ਕਹਿੰਦੇ ਮੈਂ ਰਾਜੀਵ ਨੂੰ ਕਿਹਾ ਵੀ ਰਾਜੀਵ ਵੀ ਬੇਟਾ ਛੋਟਾ ਸੀ ਉਮਰ ਦੇ ਵਿੱਚ, ਉਹ ਵੀ ਬੇਟਾ ਮੇਰੇ ਨਾਲ ਉਹ ਗੱਲ ਕਰੀ ਜਿਹੜੀ ਸਿਰੇ ਚੜ੍ਹ ਜੇ, ਵੀ ਸਾਡੇ ਅਕਾਲੀ ਆਗੂ ਇਹ ਕਹਿੰਦੇ ਨੇ ਮੈਨੂੰ ਵੀ ਦਿੱਲੀ ਦਾ ਤਖ਼ਤ ਕਦੇ ਆਪਣੇ ਨਾਲ ਸਿਰੇ ਨਹੀਂ ਚੜ੍ਹਦਾ, ਆਪਣੇ ਨਾਲ ਬੇਈਮਾਨੀ ਹੋਊਗੀ, ਵੀ ਤੂੰ ਮੇਰੇ ਨਾਲ ਬੇਈਮਾਨੀ ਨਾ ਕਰੀ, ਮੇਰੇ ਨਾਲ ਉੱਨੀ ਗੱਲ ਕਰੀ ਜਿੰਨੀ 'ਤੇ ਤੂੰ ਨਿਭ ਸਕਦਾ। ਅਤੇ ਕਹਿੰਦੇ ਵੀ ਬਹੁਤ ਸੰਤਾਂ ਨੇ ਸਾਰੀ ਗੱਲ ਸਟੇਜ 'ਤੇ ਦੱਸੀ। ਕਹਿੰਦੇ ਮੈਨੂੰ ਉਹਨੇ ਕਿਹਾ ਵੀ ਤੁਹਾਡੀਆਂ ਆਹ ਮੰਗਾਂ ਨੇ, 8 ਆਪਾਂ ਸਮਝੌਤਾ ਹੋ ਗਿਆ, ਕੀ ਇਹ ਮੰਨ ਲੈਣਗੇ, ਤੁਹਾਡੀ ਕੌਮ ਇਹ ਸਮਝੌਤੇ ਨੂੰ ਸਵੀਕਾਰ ਕਰੂਗੀ, ਜਿਹੜੀਆਂ ਖਾੜਕੂ ਧਿਰਾਂ ਲੜ ਰਹੀਆਂ ਨੇ ਹਥਿਆਰਬੰਦ ਘੋਲ, ਕੀ ਉਹ ਸਵੀਕਾਰ ਕਰਨਗੀਆਂ? ਅਤੇ ਕਹਿੰਦੇ ਮੈਂ ਆਖਿਆ ਵੀ ਚਲੋ ਮੈਂ ਆਪਦੇ ਸੱਚੇ ਦਿਲੋਂ ਇਹ ਸਮਝੌਤਾ ਕਰਕੇ ਚੱਲਿਆ। ਅਤੇ ਕਹਿੰਦੇ ਵੀ ਮੈਂ ਆਖਿਆ ਵੀ ਮੈਂ ਕੋਸ਼ਿਸ਼ ਕਰੂੰਗਾ, ਮੈਨੂੰ ਲੱਗਦਾ ਵੀ ਮੰਨਣਗੀਆਂ ਕਿਉਂਕਿ ਮੇਰੇ ਅੰਦਰ ਕੋਈ ਪਾਪ ਨਹੀਂ ਹੈ। ਕਹਿੰਦੇ ਇੱਥੇ ਵੀ ਮੈਂ ਹੁਣ ਦੱਸਦਾ ਵੀ ਮੈਂ ਜਦੋਂ ਇਹ ਕਰਕੇ ਆਇਆ ਵੀ ਮੈਨੂੰ ਗਦਾਰ ਕਿਹਾ, ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਆਗੂਆਂ ਨੇ ਵੀ ਗਦਾਰ ਕਿਹਾ, ਮੈਨੂੰ ਖਾੜਕੂ ਧਿਰਾਂ ਨੇ ਵੀ ਗਦਾਰ ਕਿਹਾ, ਸੰਤ ਗਦਾਰੀ ਕਰਿਆ ਆ, ਸੰਤ ਗਦਾਰੀ ਕਰਿਆ ਆ। ਕਹਿੰਦੇ ਪਰ ਮੈਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਖੜ੍ਹਾਂ, ਮੈਂ ਗੁਰੂ ਦੇ ਚਰਨਾਂ 'ਚ ਖੜ੍ਹਾਂ, ਸੰਗਤ ਦੇ ਚਰਨਾਂ 'ਚ ਖੜ੍ਹਾਂ, ਮੈਂ ਸਮਝੌਤਾ ਕਿਉਂ ਕਰਕੇ ਆਇਆ ਮੈਂ ਤੁਹਾਨੂੰ ਉਹ ਕਾਰਨ ਦੱਸਦਾ। ਕਹਿੰਦੇ ਵੀ ਮੇਰੇ ਜਦੋਂ ਦਾ ਬਲੂ ਸਟਾਰ ਹੋ ਗਿਆ ਬਹੁਤ ਨੁਕਸਾਨ ਹੋ ਗਿਆ, ਗੁਰਦੁਆਰੇ ਢਹਿ ਗਏ, ਅਕਾਲ ਤਖ਼ਤ ਢਹਿ ਗਿਆ, ਹਜ਼ਾਰਾਂ ਸਿੱਖ ਮਾਰੇ ਗਏ, ਬਹੁਤ ਕੁਛ ਆਪਾਂ ਨੂੰ ਪਤਾ ਹੋਇਆ। ਕਹਿੰਦੇ ਮੈਨੂੰ ਇਹ ਸੀ ਵੀ ਹੁਣ ਉਦੋਂ ਬਾਅਦ ਧਰਮ ਯੁੱਧ ਮੋਰਚਾ ਤਾਂ ਰਿਹਾ ਹੀ ਨਾ ਕੋਈ ਜਥੇ ਜਾਂਦੇ ਸੀ, ਨਾ ਗ੍ਰਿਫਤਾਰੀ, ਉਹ ਤਾਂ ਗੱਲ ਸਾਰੀ ਖਤਮ ਹੋ ਗਈ, ਸ਼ਾਂਤ ਹੋ ਗਿਆ ਸਾਰਾ ਕੁਛ। ਅਤੇ ਕਹਿੰਦੇ ਮੈਨੂੰ ਹੁਣ ਇਹ ਸੀ ਵੀ ਜਦੋਂ ਕਦੇ ਵੀ ਕੋਈ ਇਸ ਤਰ੍ਹਾਂ ਦੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਉਹਨਾਂ ਦਾ ਇਤਿਹਾਸ ਲਿਖਿਆ ਜਾਂਦਾ, ਇਹ ਧਰਮ ਯੁੱਧ ਮੋਰਚੇ ਦਾ ਵੀ ਇਤਿਹਾਸ ਲਿਖਿਆ ਜਾਊਗਾ। ਤਾਂ ਜਦੋਂ ਇਤਿਹਾਸ ਲਿਖਿਆ ਜਾਊਗਾ ਤਾਂ ਇਹਦਾ ਜਿਹੜਾ ਅੰਤ ਲਿਖਿਆ ਜਾਊਗਾ ਉਹ ਇਹ ਲਿਖਿਆ ਜਾਊਗਾ ਬਈ ਸਿੱਖ ਕੌਮ ਨੇ ਧਰਮ ਯੁੱਧ ਮੋਰਚਾ ਲੜਿਆ ਦਿੱਲੀ ਦੇ ਤਖ਼ਤ ਨਾਲ, 4 ਸਾਲ ਉਹ ਯੁੱਧ ਚੱਲਿਆ, ਧਰਮ ਯੁੱਧ ਮੋਰਚਾ ਚੱਲਿਆ, ਲੱਖਾਂ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਅੰਤ ਨੂੰ ਦਿੱਲੀ ਦੇ ਤਖ਼ਤ ਨੇ ਆਪਦੀਆਂ ਸੁਰੱਖਿਆ ਸ਼ਕਤੀਆਂ ਨਾਲ, ਫੌਜਾਂ ਦੇ ਨਾਲ ਇਸ ਅੰਦੋਲਨ ਨੂੰ ਖਤਮ ਕਰਤਾ। ਅਤੇ ਉਹ ਜਿਹੜਾ ਮੋਰਚਾ ਸੀ ਧਰਮ ਯੁੱਧ, ਉਹ ਲੜਾਈ ਸੀ, ਉਹ ਸਿੱਖ ਕੌਮ ਹਾਰ ਗਈ ਅਤੇ ਦਿੱਲੀ ਦਾ ਤਖ਼ਤ ਜਿੱਤ ਗਿਆ। ਕਹਿੰਦੇ ਵੀ ਮੈਂ ਮੋਰਚੇ ਦਾ ਡਿਕਟੇਟਰ ਸੀ, ਮੈਂ ਮੇਰੇ ਕੋਲ ਅਧਿਕਾਰ ਦਿੱਤੇ ਹੋਏ ਸੀ, ਮੈਂ ਅਕਾਲੀ ਦਲ ਦਾ ਪ੍ਰਧਾਨ ਸੀ, ਕੌਮ ਦਾ ਮੈਂ ਆਗੂ ਸੀ, ਵੀ ਮੇਰੇ ਇਹ ਗੱਲ ਦਿਲ 'ਚ ਹਰ ਵੇਲੇ ਦਿਨ ਰਾਤ 'ਤੇ ਰੜਕਦੀ ਸੀ ਵੀ ਜਦੋਂ ਇਤਿਹਾਸ ਲਿਖਿਆ ਜਾਊ ਇਹ ਗੱਲ ਲਿਖੀ ਜਾਊਗੀ ਵੀ ਸਿੱਖ ਕੌਮ ਹਾਰ ਗਈ ਅਤੇ ਦਿੱਲੀ ਦਾ ਤਖ਼ਤ ਜਿੱਤ ਗਿਆ। ਕਹਿੰਦੇ ਵੀ ਮੈਂ ਆਪਦੀ ਕੌਮ ਦੇ ਮੱਥੇ 'ਤੇ ਇਹ ਕਲੰਕ ਇਹ ਚਾਹੁੰਦਾ ਨਹੀਂ ਸੀ, ਇਹ ਕਲੰਕ ਲੱਗੇ ਵੀ ਕੌਮ ਹਾਰ ਗਈ, ਮੈਂ ਚਾਹੁੰਦਾ ਸੀ ਵੀ ਜਦੋਂ ਇਤਿਹਾਸ ਲਿਖਿਆ ਜਾਵੇ ਤਾਂ ਘੱਟੋ ਘੱਟ ਇਹ ਲਿਖਿਆ ਜਾਊਗਾ ਵੀ ਸਿੱਖਾਂ ਦਾ ਦਿੱਲੀ ਦੇ ਤਖ਼ਤ ਨਾਲ ਬੈਠ ਕੇ ਸਮਝੌਤਾ ਹੋ ਗਿਆ ਸੀ, ਸਿੱਖ ਹਾਰੇ ਨਹੀਂ ਸੀ, ਸਿੱਖਾਂ ਦਾ ਰਾਜੀ ਬੰਦਾ ਹੋ ਗਿਆ ਸੀ, ਵੀ ਉਹ ਹਾਰ ਸ਼ਬਦ ਕੌਮ ਦੇ ਮੱਥੇ 'ਤੇ ਮੈਂ ਉਹ ਮਿਟਾਉਣਾ ਚਾਹੁੰਦਾ ਸੀ। ਮੇਰਾ ਇੱਕੋ ਹੀ ਮਕਸਦ ਸੀ ਵੀ ਮੈਂ ਇਹ ਕਲੰਕ ਨਾ ਲੱਗਣ ਦੇਵਾਂ। ਕਹਿੰਦੇ ਮੈਂ ਰਾਜੀਵ ਨੂੰ ਵੀ ਇਹ ਗੱਲ ਕਹੀ ਵੀ ਰਾਜੀਵ ਮੈਂ ਆਹ ਗੱਲ ਕਰਕੇ ਤੇਰੇ ਨਾਲ ਗੱਲ ਕਰਨ ਆਇਆ,
तो मेरा तू पुत्रां वर्गा बच्चियां वर्गा मेरे नाल तू कोई बेईमानी ना करी। तो मैनू मैं इस गल ना मैं आगू बनना ना मैं मुख्यमंत्री बनना ना मेरे अंदर कोई लालसा किसी किस्म की। मैं तो गुरद्वारे दे विच रहना, मेरे कोई बच्चे नहीं, औलाद नहीं, शादी नहीं, परिवार नहीं, मेरा कुछ नहीं। मैं साधु सुभाव बंदा तो मैं गुरद्वारे का सधारण ग्रंथी पाठी हाँ, रागी हाँ, गुरु का वजीर हाँ। भी मैं मेरे नाल तू सिरे चढ़ जी। कहिंदा भी मैं अज कौम नू थोनू ये दसदा जिहड़ा मैनू मेरे आगू कहिंदे ने गदारी करी, मैनू खाड़ कू धरां कहिंदियां ने गदारी करी, भी तू क्यों करके आया। मैं अज थोनू दसदा भी मैं तां करके आया सी, मेरे दिल च आ गल सी, मैं समझौता इस लई कीता सी। इहनू कोई माड़ा समझ लो, इहनू कोई चंगा समझ लो, मैनू गदार कह लो, जो मर्जी कह लो, मेरी भावना आ सीगी। तो कहिंदे फिर मैनू राजीव ने यह भी कहा भी पंजाब च एडा वड्डा अंदोलन चल रहा हथियारबंद, तो मैं थोड़े लिए सुरक्षा का प्रबंध कर दिना, मैं थोनू आर्डर करदा तुसी जाकट पा के रखनी है बुलट प्रूफ, इस तरह तुसी बहुत सुचेत रहना। कहिंदे मैं उन्हूं हस के कहा बई राजीव मेरी कौम साडी सिख कौम इह इस तरह की कौम आ, इह गुरु ने साजी भी जे उन्होंने मारना होया ना मैनू चाहे जिन्नियां मर्जी जागतां पा ला उन्होंने मैनू मार ही देना, पर उन्हां दी कौम दी मर्जी है। मैं गदारी नहीं करके चलिया, मैं आपदे अंतकार तो मैं आपदे हिरदों एक चंगा कार्ज आपदी कौम लई एक बहुत चंगा कार्ज करके चलिया। बाकी कौम दी मर्जी आ, जो कौम ने करना होगा वो कौम दे मूहरे मैं रख दूंगा जाके आपदे दिल दी गल की सी। ये गल्लां सारियां उहदे संत लौंगोवाल ने उस गुरु घर दे विच बहुत बहुत एक तरह का गमगीन माहौल सी। ते भाई जी दविंदर पर मैनू भी सचमुच इन्ना उहने मैनू मेरे हिरदे नू टुंबिया गल ने जदों संतां ने यह गल कही भी मत्थे ते कलंक ना लग जे, मैं तां समझौता करिया। तां इस स्पीच उन्होंने कोई पौणा घंटे वांगू उह बोले, बोलण तो बाद उन्होंने समाप्ति करन लगे तो स्टेज वालों उठ के उन्होंने कहा भी थोनू जी असी थैली भेट करनी है उस इलाके वालों शेरपुर वालों। उन्होंने 21,000 शायद रुपए की फंड सी, 21,000 की थैली वो दिती ते सरोपा दिता। संत खीरले शब्द शायद नहीं पहला बैठ जाते, संत पैसों का माया का ते सरोपे का धन्यवाद कर रहे थे। संतां ने खीरले शब्द बोले भी मैं सिख कौम दा आपदी दा किवें देण देऊंगा, मेरी कौम ने इन्नी कुरबानी कीती आ, इन्ना कुछ हो गया, हज़ारां शहीदियां हो गई, लखां गिरफ्तारियां दित्तियां, तुसीं आपदियां सच्चियां सुच्चियां किरतां चों पैसा पैसा जोड़ के आ हज़ारां रुपया मैनू रोज़ कौम नूं तुसीं अकाली दल नूं तुसीं धन भी दिंदे हो, तुसीं सजावां भी कट्टियां, तुसीं मन तन धन नाल हर तरहां दी सेवा करी आ, कौम थोड़ा देण नहीं दे सकती, कौम का मैं पंथ अकाली दल थोड़ी देण नहीं दे सकता। संत ये खीरले ये गल्लां कर रहे सी, ते असी भी बहुत टिकटिकी ला के इस तरह की गल सी गंभीरता वाली असी सुन रहे सी। तां बाई चांस मैं मेरे खब्बे पासे कोई मुंडा बैठा सी नौजवान गभरू, तां उन्हें रिवालवर कढ के उन्हें सेध लाई, तां इह सुणदे सी मेरे वो निगाह पै गया है। मैं देखिया भी ये मुंडा संतां दे गोली मारदा, संत खड़े स्पीच कर रहे थे, असी मूहरे बैठे सी स्टेज तो कोई 10 फुट की फासले ते, जो मैं देखिया तो मेरा आप मन पसीजा पिया सी, मैं क्या मारदा, मैं उन्हूं एकदम चिंबड़ गया, मैं कहा ना मारी ना मारी, ते तां चिंबड़ के मैं उहदा रिवालवर खोल लग गया सी, हथों पाई हो गए। तां इधर एक होर उहदे नाल दा साथी बैठा सी, उह मैनूं बाद च पता लग्गिया इधर उह मुंडा सी ज्ञान सिंह सी, इधर मुंडा हलविंदर सिंह बिल्ला सी। बाद दे विच फिर CBI ने मैनू मिलाया, उन्होंने गल्लां सुनाइयां, तां बिल्ले ने देख के भी इहनू ज्ञान सिंह नू इह मुंडा चिंबड़ गया उहदा पिस्तौल खोंदा, इहने एक मेरे गोली मारी ऐ लड़दिआं दे घुलदिआं दे, उह गोली मेरे पट्ट च वज्जी जदों असीं इधर आए चिंबड़े सी, तां उह मेरे पट्ट च गोली वज्जी, तुहाडे वी वज्जी, मेरे वज्जी, बिल्ले ने मारी, हलविंदर बिल्ले ने, अच्छा, ज्ञान नू छडाउण लई जदों असीं आए चिंबड़ के इधर बैठा सी तां इहने गोली मारी। जदों इह गोली चल गई तां इकदम भगदड़ मच गई, उदों पहलां कोई गोली नहीं सी क्योंकि उह चलाउण लग्गिआ सी, उदों पहलां मैं फड़ लिआ ज्ञान नू जदों चलाउंदा सी, चलाउण तों पहले चिंबड़ गिआ मैं उहनूं।
नहीं तो वह गोलियां सीधी ही मार दिता सी मूहरे बैठे से पहलियां गोलियां बज जानियां सी संतां दे लागे ही बैठे सी फिर बाद च भी कहिंदा सी वी मैथों बहुत वड्डी गलती होई जिहड़ियां मैं वह मुंडे दे करमजीत दे गोलियां चला बैठा मेरे दिमाग चों निकल गई भी दुनिया भज लूगी उन्हें फायर करता तो एकदम गोली चल गई अत्तवाद का टाइम इन्ना डर वाला माहौल सी दुनिया मारते मारते होगी भज ले संत बोलते बोलते भाई इन्हों दविंद्रपाल बी आई पी लोगों ना सरकार फोर्स ट्रेनिंग दे दिंदियां ने मैनू भी पिछों दिती भी जे थोड़े ते हमला हुंदा तुसी किवें बचना तो संतां नूं ट्रेनिंग दिती सी संत बोलते बोलते एकदम स्टेज ते लंबे पै गए तो हुण जदों बंदा थल्ले पिया उहदे गोली नहीं बजदी ਤਾਂ ਇਹਦੀ ਇਹਦੀ ਪਰ ਨਿਗਾਹ ਸੀ ਬਿੱਲੇ ਦੀ ਮੇਰੇ ਸੱਜੇ ਪਾਸੇ ਜਿਹਨੇ ਇੱਕ ਗੋਲੀ ਚਲਾਤੀ ਭਗਦੜ ਮੱਚ ਗਈ ਜੇ ਨਾ ਚਲਾਉਂਦਾ ਤਾਂ ਇਹ ਗੱਲ ਹੋਣੀ ਨਹੀਂ ਸੀ ਤਾਂ ਉਹ ਬਿੱਲਾ ਗਿਆਨ ਸਿੰਘ ਮੇਰੇ ਨਾਲ ਚਿੰਬੜਿਆ ਚਿੰਬੜਿਆ ਅਸੀਂ ਨਾ ਹਟਿਓ ਆਪਸ 'ਚ ਘੁਲੀ ਗਏ ਤਾਂ ਉਹਨੇ ਦੋ ਗੋਲੀਆਂ ਉਹਨੇ ਮੇਰੇ ਮਾਰੀਆਂ ਮੇਰੇ ਪੇਟ 'ਚ ਵੱਜੀਆਂ ਅੱਛਾ ਹਾਂ ਗੋਲੀ ਤਾਂ ਮੇਰੀ ਇਹ ਨਹੀਂ ਮੈਨੂੰ ਤੜਫਾਤਾ ਨਾ ਮੇਰਾ ਪੱਟ ਪਾਟ ਗਿਆ ਅਤੇ ਪਰ ਅਸੀਂ ਚਿੰਬੜੇ ਰਹੇ ਇਹਨੇ ਦੋ ਗੋਲੀਆਂ ਮੇਰੇ ਮਾਰੀਆਂ ਤਾਂ ਮੈਂ ਜ਼ਖਮੀ ਹੋ ਗਿਆ ਦੁਨੀਆ ਭੱਜ ਗਈ ਸੰਤ ਪੈ ਗਏ ਇਹਨੇ ਫਿਰ ਦੋ ਤਿੰਨ ਗੋਲੀਆਂ ਸਟੇਜ ਵੱਲ ਮਾਰੀਆਂ ਗਿਆਨ ਨੇ ਇਹਦੇ ਰਿਵਾਲਵਰ ਸੀ 455 ਬੋਰ ਦੋਨਾਂ ਕੋਲ 455 ਬੋਰ ਰਿਵਾਲਵਰ ਸੀ ਤਾਂ ਪੰਜ ਗੋਲੀ ਦੋ ਮੇਰੇ ਮਾਰੀਆਂ ਤਿੰਨ ਇਹਨੇ ਸਟੇਜ ਵੱਲ ਮਾਰੀਆਂ ਅਤੇ ਇੱਕ ਕਾਰਤੂਸ ਇਹਦਾ ਮਿਸ ਹੋ ਗਿਆ ਛੇ ਗੋਲਤੀਆਂ ਇਹਨੇ ਇੱਕ ਮਾਰ ਕੇ ਉੱਥੇ ਹੀ ਦੱਬ ਗਿਆ ਇਹਦੀ ਨਿਗਾਹ ਸੀ ਸਟੇਜ ਵੱਲ ਬਿੱਲੇ ਦੀ ਵੀ ਸਟੇਜ 'ਤੇ ਗੋਲੀ ਸੰਤ ਦੇ ਵੱਜੀ ਨਹੀਂ ਕਿਉਂਕਿ ਗੋਲੀ ਤਾਂ ਮੇਰੇ ਮਾਰਤੀ ਉਹਨੇ ਅਤੇ ਸੰਤ ਲਿਟ ਗਏ ਇਹਦੀ ਪੂਰੀ ਨਿਗਾਹ ਸੀ ਤਾਂ ਉਹ ਪੰਜ ਗੋਲੀਆਂ ਚਲਾ ਕੇ ਛੇਵੀਂ ਮਿਸ ਹੋ ਗਈ ਉਵੇਂ ਹੀ ਉਹ ਰਿਵਾਲਵਰ ਲੈ ਕੇ ਗੁਰਦੁਆਰੇ 'ਚੋਂ ਬਾਹਰ ਨੂੰ ਭੱਜ ਲਿਆ ਉੱਥੇ ਜਿਹੜੇ ਸਟੇਜ 'ਤੇ ਬੈਠੇ ਸੀ ਉਹਨਾਂ ਨੇ ਮਾਈਕ 'ਤੇ ਰੌਲਾ ਪਾਉਣਾ ਸ਼ੁਰੂ ਕਰਤਾ ਉਹਨਾਂ ਨੂੰ ਇਹ ਲੱਗਿਆ ਵੀ ਉਹ ਮੁੰਡਾ ਗੋਲੀ ਚਲਾ ਕੇ ਭੱਜ ਗਿਆ ਰਿਵਾਲਵਰ ਹੱਥ 'ਚ ਲੈ ਗਿਆ ਪਰ ਜਰਨੈਲ ਸਿੰਘ ਹਲਵਾਰਾ ਜੀ ਨੇ ਇਹ ਸਾਰੀ ਪਲੈਨਿੰਗ ਕਰੀ ਉਹ ਬਾਹਰ ਖੜ੍ਹਾ ਸੀ ਉਹ ਅੰਦਰ ਨਹੀਂ ਸੀ ਆਇਆ ਅੰਦਰ ਇਹ ਦੁਨੇ ਗਿਆਨ ਸਿੰਘ ਅਤੇ ਹਲਵਿੰਦਰ ਬਿੱਲਾ ਇਹ ਦੁਨੇ ਹੀ ਅੰਦਰ ਸੀ ਅਤੇ ਉਹ ਉਹਨੇ ਇਹਨਾਂ ਨੂੰ ਦੱਸਿਆ ਸੀ ਵੀ ਕਿ ਉਹਨੇ ਵਾਰਦਾਤਾਂ ਕਰੀਆਂ ਵੀ ਸੀ ਵੀ ਜਦੋਂ ਗੋਲੀ ਚੱਲੂਗੀ ਦੁਨੀਆ ਭੱਜੂਗੀ ਭਗਦੜ ਮੱਚ ਜੂ ਤੁਸੀਂ ਸੰਤਾਂ ਨੂੰ ਮਾਰ ਕੇ ਆਪਦੇ ਰਿਵਾਲਵਰ ਉੱਥੇ ਹੀ ਸਿੱਟ ਦੇਣੇ ਨੇ ਦਰੀਆਂ ਦੁਰੀਆਂ ਥੱਲੇ ਘਾਹ ਪੂ ਜਿੱਥੇ ਮਰਜ਼ੀ ਦੁਨੀਆ ਖਾਲੀ ਹੱਥ ਭੱਜਣਗੇ ਤੁਸੀਂ ਖਾਲੀ ਵਿੱਚ ਹੀ ਭੱਜ ਆਉਣਾ ਕਿਸੇ ਨੂੰ ਨਹੀਂ ਪਤਾ ਲੱਗਣਾ ਕੌਣ ਕਿੱਥੋਂ ਗੋਲੀ ਚੱਲੀ ਆ ਕਿਹਨੇ ਚਲਾਈ ਆ ਤੁਸੀਂ ਆ ਜਾਣਾ ਸੀ ਬਾਹਰ ਖੜ੍ਹੇ ਹਾਂ ਤੁਹਾਨੂੰ ਵਹਾ ਕੇ ਲੈ ਜਾਂਗੇ ਪਰ ਉਹ ਗਿਆਨ ਦੇ ਹੱਥ 'ਚ ਰਿਵਾਲਵਰ ਹੋਣ ਕਰਕੇ ਉਹਨੇ ਸਿੱਟਿਆ ਨਾ ਭੁੱਲ ਗਿਆ ਉਵੇਂ ਹੀ ਲੈ ਕੇ ਭੱਜ ਲਿਆ ਉਹ ਜਦੋਂ ਡਿਊਟੀ ਵੱਲ ਗਿਆ ਤਾਂ ਅੱਗੇ ਪੁਲਿਸ ਖੜ੍ਹੀ ਸੀ ਪੁਲਿਸ ਨੇ ਜੱਫਾ ਮਾਰ ਕੇ ਉਹਨੂੰ ਫੜ ਲਿਆ ਜਿਪਸੀ 'ਚ ਸਿੱਟਿਆ ਲੈ ਗਏ ਜਿਹੜੇ ਸਟੇਜ ਵੱਲ ਬੈਠੇ ਸੀ ਸਾਰੇ ਅਕਾਲੀ ਆਗੂ ਉਹਨਾਂ ਨੂੰ ਇਹ ਲੱਗਿਆ ਵੀ ਇੱਕੋ ਹੀ ਬੰਦਾ ਸੀ ਅਤੇ ਉਹ ਮਾਰ ਕੇ ਭੱਜ ਗਿਆ ਉਹਨਾਂ ਨੇ ਬੋਲਣਾ ਸ਼ੁਰੂ ਕਰਤਾ ਵੀ ਸੰਤਾਂ ਦੇ ਉੱਪਰੋਂ ਉੱਠੋ ਸੰਤਾਂ ਨੂੰ ਪਰੇ ਕੁਛ ਬੰਦੇ ਸੰਤਾਂ ਦੇ ਉੱਪਰ ਡਿੱਗ ਪਏ ਅਤੇ ਹਮਲਾਵਰ ਹੋ ਜਾ ਰਿਹਾ ਉਹਨਾਂ ਨੂੰ ਇਹ ਨਹੀਂ ਸੀ ਕਿਸੇ ਨੂੰ ਪਤਾ ਵੀ ਦੋ ਨੇ ਬੰਦੇ ਤਾਂ ਉਹ ਫੜਿਆ ਗਿਆ ਤਾਂ ਸੰਤਾਂ ਨੂੰ ਮੂਹਰਲੇ ਪਾਸਿਓਂ ਉਠਾ ਕੇ ਪਿਛਲੇ ਪਾਸੇ ਨੂੰ ਸਟੇਜ ਦੇ ਲੱਤਾਂ ਲਮਕਾ ਕੇ ਜਿਵੇਂ ਆਪਾਂ ਬੈਠੇ ਹਾਂ ਇਸ ਤਰ੍ਹਾਂ ਬਿਠਾ ਲਿਆ ਬਿੱਲੇ ਦੀ ਨਿਗਾਹ ਸੀ ਹਰਵਿੰਦਰ ਦੀ ਵੀ ਗੋਲੀ ਤਾਂ ਵੱਜੀ ਨਹੀਂ ਇੱਕ ਮੇਰੇ ਮਾਰ ਕੇ ਬਾਕੀ ਉਹਨੇ ਰਿਵਾਲਵਰ ਡੱਬ 'ਚ ਦੇ ਲਿਆ ਤਾਂ ਉਹਨੇ ਨੂੰ ਸੁਰੱਖਿਆ ਫੋਰਸਾਂ ਸੀ ਨਾਲ ਅਮਲਾ ਸੀ ਸੰਤਾਂ ਦਾ ਉਹ ਬਾਈ ਚਾਂਸ ਆਏ ਲੇਟ ਉਹ ਭੁੱਖ ਭੱਖ ਲੱਗੀ ਸੀ ਕਿਤੇ ਉੱਥੇ ਲੰਗਰ 'ਚ ਗੁਰਦੁਆਰੇ ਦੁੱਧ ਦੱਧ ਪੀਣ ਲੱਗ ਗਏ ਨਾਲ ਦੇ ਮੁਲਾਜ਼ਮ ਸਿਪਾਹੀ ਪ੍ਰਾਈਵੇਟ ਬੰਦੇ ਜਦੋਂ ਗੋਲੀ ਚੱਲ ਗਈ ਉਹ ਭੱਜ ਕੇ ਆ ਗਏ ਸਾਰੇ ਤਾਂ ਆਲੇ ਦੁਆਲੇ ਘੇਰਾ ਪਾ ਲਿਆ ਇਹ ਫਿਰ ਇਹ ਰਿਵਾਲ ਇਹ ਗਿਆ ਵਿੱਚ ਦੀ ਉਹਨਾਂ ਦੇ ਪਿਛਲੇ ਪਾਸੇ ਦੀ ਪਰੇ ਹੋ ਜਾਓ ਰਿਵਾਲਵਰ ਕੱਢਿਆ ਵਾ ਪਰੇ ਹੋ ਜਾਓ ਇੰਨੀ ਘਬਰਾਹਟ ਸੀਗੀ ਭੈ ਦਾ ਮਾਹੌਲ ਹੁੰਦਾ ਸੀ ਉਹਨਾਂ ਦਿਨਾਂ 'ਚ ਉਹਨਾਂ ਨੇ ਕਿਹਾ ਵੀ ਕੋਈ ਸੰਤਾਂ ਦਾ ਇਹ ਗੰਨਮੈਂ ਨਹੀਂ ਆ ਨਾਲ ਦਾ ਪ੍ਰਾਈਵੇਟ ਉਹ ਪਾਸੇ ਹੋ ਗਏ ਨੇ ਫਿਰ ਪਿੱਛੇ ਦੀ ਨਾਲ ਜਾ ਕੇ ਕੋਲੇ ਜਾ ਕੇ ਦੋ ਤਿੰਨ ਗੋਲੀਆਂ ਸੰਤਾਂ ਦੇ ਮਾਰੀਆਂ ਅਤੇ ਗੋਲੀਆਂ ਮਾਰੀਆਂ ਤਾਂ ਸੰਤਾਂ ਦੇ ਗੋਲੀਆਂ ਵੱਜੀਆਂ ਸੰਤ ਉੱਥੇ ਢਹਿ ਢੇਰੀ ਹੋ ਗਏ ਇਹ ਮਾਰ ਕੇ ਜਦ ਭੱਜਣ ਲੱਗਿਆ ਬਿੱਲਾ ਤਾਂ ਉਹਨਾਂ ਦੇ ਪ੍ਰਾਈਵੇਟ ਗੰਨਮੈਨਾਂ 'ਚੋਂ ਛੇਰ ਸਿਉਂ ਸੀ ਗੰਨਮੈਨ ਉਹਨੇ ਇਹਦੇ ਗੋਲੀ ਮਾਰੀ ਬਿੱਲੇ ਦੇ ਇਹਦੀ ਰੀੜ੍ਹ ਦੀ ਹੱਡੀ 'ਚ ਗੋਲੀ ਵੱਜੀ ਇਹਦੀ ਰੀੜ੍ਹ ਦੀ ਹੱਡੀ ਟੁੱਟ ਗਈ ਬਿੱਲੇ ਦੀ ਇਹ ਉੱਥੇ ਹੀ ਲੁਟਕ ਗਿਆ ਅਤੇ ਦੋ ਹੀ ਬੰਦੇ ਸੀਗੇ ਬਸ ਬਿੱਲਾ ਮੌਕੇ 'ਤੇ ਗੋਲੀਆਂ ਵੱਜਣ ਤੋਂ ਬਾਅਦ ਗੋਲੀ ਵੱਜੀ ਅਤੇ ਗਿਆਨ ਨੂੰ ਉੱਥੇ ਡਿਊਟੀ 'ਚ ਪੁਲਿਸ ਨੇ ਫੜ ਲਿਆ ਬਸ ਮੈਂ ਇਹ ਗੋਲੀ ਬਾਈ ਜੀ ਦਵਿੰਦਰ ਕੋਈ ਮੈਨੂੰ ਲੱਗਦਾ 5-6 ਮਿੰਟ ਬਾਅਦ ਦੁਆਰੇ ਸੰਤਾਂ 'ਤੇ ਗੋਲੀ ਚੱਲੀ
ਮੈਨੂੰ ਜਦੋਂ ਗੋਲੀਆਂ ਵੱਜੀਆਂ ਮੈਂ ਹੱਥ ਧਰੇ, ਮੈਨੂੰ ਪਤਾ ਸੀ ਵੀ ਇੱਥੇ ਲਾਗੇ ਹੀ ਹਸਪਤਾਲ ਆ। ਮੈਂ ਹੌਲੀ ਹੌਲੀ ਅਤੇ ਔਖਾ ਸੀ ਪਰ ਮੈਂ ਉਮਰ ਜਵਾਨੀ ਸੀ, ਮੈਨੂੰ ਪਤਾ ਸੀ ਮੈਂ ਹਸਪਤਾਲ ਵੱਲ ਨੂੰ ਤੁਰ ਕੇ ਚਲਿਆ ਗਿਆ। ਮੈਂ ਜਾ ਕੇ ਹਸਪਤਾਲ ਦੇ ਬਾਹਰ ਮੰਜੇ ਡਾਹੇ ਵੀ ਸੀ, ਮੈਂ ਇੱਕ ਮਰੀਜ਼ ਦਾ ਹੋਊ ਕਿਸੇ ਦੇ, ਮੈਂ ਮੰਜੇ 'ਤੇ ਪੈ ਗਿਆ। ਉਦੋਂ ਦੁਆਰੇ ਗੋਲੀ ਬਿੱਲੇ ਨੇ ਚਲਾਈ ਆ, ਕੋਈ 5-6 ਮਿੰਟ ਲੱਗ ਗਏ ਦੁਆਰੇ ਜਦੋਂ ਸੰਤਾਂ ਨੂੰ ਮਾਰਿਆ, ਬਸ ਇਹ ਫੱਟੜ ਹੋ ਗਿਆ। ਫਿਰ ਉਦੋਂ ਬਾਅਦ ਸੰਤਾਂ ਨੂੰ ਚੱਕਿਆ, ਹਰਦਿਆਲ ਸਿੰਘ ਮੋਫਰ ਸੀਗੇ, ਉਹਨਾਂ ਦੇ ਗੋਲੀ ਵੱਜੀ, ਉਹ ਫੱਟੜ ਹੋ ਗਏ। ਮੈਨੂੰ ਉੱਥੇ ਸੀ ਇੱਕ ਮੁੰਡਾ ਬੜੀ ਹੋਈ, ਉਹਦੀ ਨਾ ਟੇਪ ਧਰੀ ਵੀ ਸੀ ਉਹਨਾਂ ਟਾਈਮਾਂ ਦੇ ਵਿੱਚ, ਜਿਹਦਾ ਰੇਡੀਓ ਲਾਇਆ ਵਾ ਸੀ, ਸਪੀਕਰ ਵਾਲਾ ਮੁੰਡਾ ਸੀ। ਉਹਨੇ ਸੰਤਾਂ ਦੇ ਸਟੇਜ ਦੇ ਉੱਪਰ ਮੇਜ਼ ਪਿਆ ਸੀ, ਮੇਜ਼ ਦੇ ਉੱਪਰ ਪੁਰਾਣੀਆਂ ਜਾਂ ਦੇਸੀ ਟੇਪਾਂ ਹੁੰਦੀਆਂ, ਉਹ ਟੇਪ ਦੇ ਵਿੱਚ ਭਾਸ਼ਣ ਰਿਕਾਰਡ ਕਰਦਾ ਸੀ। ਉਹਨੇ ਵਿਚਾਰੇ ਨੇ ਜਦ ਮੇਰੇ ਨਾਲ ਅਸੀਂ ਗੋਲੀ ਚੱਲ ਗਈ, ਦੁਨੀਆ ਭੱਜ ਗਈ, ਉਹਨੂੰ ਲੱਗਿਆ ਮੇਰੀ ਕੋਈ ਟੇਪ ਨਾ ਲੈ ਜੇ, ਉਹ ਵਿਚਾਰਾ ਟੇਪ ਚੱਕਣ ਲੱਗਿਆ ਸਪੀਕਰ ਵਾਲਾ ਥੱਲਿਓਂ ਉੱਠ ਕੇ ਸਟੇਜ ਤੋਂ। ਉਹ ਬਿੱਲੇ ਦੀਆਂ ਗੋਲੀਆਂ, ਗਿਆਨ ਸਿੰਘ ਦੀ ਗੋਲੀ ਫਿਰ ਉਹਦੇ ਵੱਜੀ, ਉਹ ਮੁੰਡਾ ਮਰ ਗਿਆ ਸਪੀਕਰ ਵਾਲਾ। ਅਤੇ ਕਿਉਂਕਿ ਸੰਤ ਦਾ ਥੱਲੇ ਵੱਜ ਗਏ, ਉਹਨੇ ਕਾਹਲ ਦੇ ਵਿੱਚ ਹੀ ਚਲਾਤੀਆਂ, ਅਤੇ ਮੈਂ ਫੱਟੜ ਹੋਇਆ, ਸੰਤ ਫੱਟੜ ਹੋਏ, ਹਰਦਿਆਲ ਸਿੰਘ ਮੋਫਰ ਫੱਟੜ ਹੋਇਆ, ਅਤੇ ਇੱਕੋ ਮੁੰਡਾ ਸਪੀਕਰ ਵਾਲਾ। ਅਤੇ ਸਪੀਕਰ ਵਾਲੇ ਦੀ ਤਾਂ ਮੌਤ ਹੋ ਗਈ ਉੱਥੇ ਹੀ। ਚਲੋ ਮੈਂ ਹਸਪਤਾਲ 'ਚ ਸੀ, ਫਿਰ ਬਸ ਇਹ ਬਾਈ ਹਰਨੇਕ ਕੋਰੀ ਸੰਤਾਂ ਨੂੰ ਚੱਕ ਕੇ ਗੱਡੀਆਂ 'ਚ ਪਾ ਕੇ ਮੋਫਰ ਨੂੰ ਸਾਨੂੰ ਮੈਨੂੰ ਹਸਪਤਾਲ 'ਚੋਂ ਲੈ ਕੇ ਗਏ। ਉੱਥੋਂ ਜਦੋਂ ਬਾਰਮੂਰ ਦੀ ਹਸਪਤਾਲ ਦੀਆਂ ਗੱਡੀਆਂ ਲੰਘਣ ਲੱਗੀਆਂ, ਲੋਕਾਂ ਨੇ ਕਿਹਾ ਵੀ ਅੰਦਰ ਪਿਆ ਫੱਟੜ, ਇੱਕ ਅੰਦਰ ਪਿਆ, ਇਹਨੂੰ ਵੀ ਲੈ ਜਾਓ। ਅਤੇ ਬਸ ਸਾਨੂੰ ਉੱਥੋਂ ਫਿਰ ਇਹ ਸੰਗਰੂਰ ਲੈ ਗਏ, ਅਤੇ ਸੰਗਰੂਰ ਜਾ ਕੇ ਫਿਰ ਉੱਥੋਂ ਸਾਨੂੰ ਫਸਟ ਏਡ ਦਿੱਤੀ। ਅਤੇ ਸੰਤਾਂ ਦੀ ਲੌਂਗੋਵਾਲ ਦੀ ਉਦੋਂ ਧੂਰੀ ਫਾਟਕ ਹੁੰਦੇ ਸੀ, ਫਾਟਕ ਬੰਦ ਸੀਗੇ, ਪੁਲ ਨਹੀਂ ਸੀ ਬਣੇ, ਅਤੇ ਉੱਥੇ ਕੋਈ ਗੱਡੀ ਆਉਣੀ ਸੀ, ਫਾਟਕ ਬੰਦ ਸੀ, ਅਤੇ ਸੰਤਾਂ ਦੀ ਉੱਥੇ ਫਾਟਕਾਂ 'ਤੇ ਮੌਤ ਹੋ ਗਈ। ਅਤੇ ਅਸੀਂ ਫਿਰ ਹਸਪਤਾਲ ਵੱਗ ਗਏ, ਪਰ ਸਾਨੂੰ ਹਸਪਤਾਲੋਂ ਬਾਅਦ ਫਿਰ ਫਸਟ ਏਡ ਦੇ ਕੇ CMC ਭੇਜਤਾ। ਫਿਰ ਸਾਡਾ ਉੱਥੇ ਰਾਤ ਨੂੰ ਆਪਰੇਸ਼ਨ ਹੋਏ, ਗੋਲੀਆਂ ਗਾਲੀਆਂ ਕੱਢੀਆਂ। ਅਤੇ ਮੈਨੂੰ ਤਾਂ 3-4 ਦਿਨਾਂ ਬਾਅਦ ਸੰਤਾਂ ਦਾ ਪਤਾ ਲੱਗਿਆ ਵੀ ਆਹ ਗੱਲ ਹੋ ਗਈ, ਪਰ ਮੈਨੂੰ ਐਂ ਲੱਗਦਾ ਸੀ ਵੀ ਮੈਂ ਸੰਤਾਂ ਨੂੰ ਬਚਾ ਲਿਆ। ਮੈਨੂੰ ਆਪਦੇ ਆਪ ਨੂੰ ਹੀ ਐਂ ਬਹੁਤ ਸੀ ਵੀ ਚੱਲ ਚਾਹੇ ਮੈਂ ਗੋਲ ਫੱਟੜ ਹੋ ਗਿਆ, ਪਰ ਮੈਂ ਵੀ ਬਚ ਗਿਆ, ਵੀ ਸੰਤਾਂ ਦੀ ਵੀ ਜਾਨ ਬਚ ਗਈ। ਫਿਰ ਮੈਨੂੰ ਉਦੋਂ ਜਿੱਦੇ ਪਤਾ ਲੱਗਿਆ ਵੀ ਸੰਤਾਂ ਦੀ ਤਾਂ ਆਹ ਗੱਲ ਹੋ ਗਈ, ਫਿਰ ਮੈਨੂੰ ਬਹੁਤ ਸੱਚਮੁੱਚ ਉਸ ਗੱਲ ਦਾ ਦੁੱਖ ਹੋਇਆ ਵੀ ਐਡੀ ਵੱਡੀ ਘਟਨਾ ਸੀ ਅਤੇ ਆਹ ਕੁਛ ਹੋਇਆ। ਫਿਰ ਉਹ ਫੱਟੜ ਸੀਗਾ, ਉਹ 20 ਕੁ ਦਿਨ ਬਿੱਲਾ ਹਸਪਤਾਲ ਰਿਹਾ ਰਜਿੰਦਰਾ 'ਚ, 20 ਕੁ ਦਿਨਾਂ ਬਾਅਦ ਉਹਦੀ ਮੌਤ ਹੋ ਗਈ। ਅਤੇ ਗਿਆਨ ਸਿੰਘ CBI ਦੀ ਕਿਵੇਂ, ਫਿਰ ਇੱਕ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਇਹ ਹੁੰਦੀ ਹੈ ਜੀ, ਕੇਸ ਦਾ ਟ੍ਰਾਇਲ ਕਿਵੇਂ ਚੱਲਦਾ, ਫਿਰ ਸਾਰੀਆਂ ਗਵਾਹੀਆਂ ਕਿੰਨੀਆਂ ਹੁੰਦੀਆਂ, ਕਿਵੇਂ ਹੁੰਦੀਆਂ, ਆਰਗੂਮੈਂਟ ਹੁੰਦੀ ਹੈ, ਤੁਹਾਡਾ ਕੋਈ ਸਾਹਮਣਾ ਹੁੰਦਾ ਹੈ, ਧਮਕੀਆਂ ਆਉਂਦੀਆਂ, ਉਹ ਕੀ ਦੌਰ ਸੀ ਸਾਰਾ, ਕਿੰਨੇ ਸਾਲ ਚੱਲਿਆ ਉਹ? ਹਾਂਜੀ ਬਾਈ, ਉਹ ਕਈ ਸਾਲ ਕੇਸ ਚੱਲਿਆ, ਕਿਉਂਕਿ ਮੈਂ ਫੱਟੜ ਗਵਾਹ ਸੀ। ਫੱਟੜ ਗਵਾਹ ਕਿਸੇ ਵੀ ਕਤਲ ਕੇਸ ਦਾ ਬਹੁਤ ਅਹਿਮ ਗਵਾਹ ਹੁੰਦਾ। ਅਤੇ ਮੇਰੇ ਨਾਲ ਪੁਲਿਸ ਲੱਗ ਗਈ ਬਾਡੀਗਾਰਡ ਦੇ, ਅਤੇ ਘਰੇ ਪੁਲਿਸ, ਮੈਂ ਤਾਂ ਸਧਾਰਨ ਬੰਦਾ ਸੀ, ਖੇਤੀ ਕਰਨ ਵਾਲਾ, ਖੇਤ ਜਾਣਾ, ਆਪਦੀ ਖੇਤੀ ਕੰਮ ਕਰਨਾ, ਸਧਾਰਨ ਜ਼ਿਮੀਂਦਾਰ ਦਾ ਮੁੰਡਾ ਸੀ। ਅਤੇ ਮੈਨੂੰ ਬਹੁਤ ਸਮੱਸਿਆ ਆਈ, ਮੈਂ ਕੀ ਕਰਾਂ, ਮੈਨੂੰ ਪੁਲਿਸ ਕਿਤੇ ਜਾਣ ਨਾ ਦੇਵੇ, ਕੋਈ ਕੰਮ ਨਾ ਕਰਨ ਦੇਵੇ, ਹਰ ਵੇਲੇ ਮੇਰੇ ਨਾਲ ਬੰਦੇ ਰਿਹਾ ਕਰਨ, ਕਿੱਥੇ ਮੈਂ ਆਪਦਾ ਖੇਤ ਜਾਣਾ, ਪਸ਼ੂ ਸਾਹਮਣੇ ਸੰਨੀਆਂ ਕਰਨੀਆਂ, ਟਰੈਕਟਰ ਚਲਾਉਣਾ, ਅਤੇ ਮੇਰਾ ਤਾਂ ਸਾਰਾ ਕੁਝ ਛੁੱਟ ਗਿਆ। ਅਤੇ ਚਲੋ ਉਹ ਬਹੁਤ ਔਖਾ ਦੌਰ ਰਿਹਾ। ਥੋੜ੍ਹੇ ਜਿਹੇ ਚਿਰ ਬਾਅਦ ਅਗਸਤ ਦੇ ਵਿੱਚ ਹੋਇਆ, ਸਤੰਬਰ 'ਚ ਸ਼ਾਇਦ ਵੋਟਾਂ ਪੈ ਗਈਆਂ, ਸਰਕਾਰ ਬਣ ਗਈ, ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ। ਅਤੇ ਫਿਰ ਉਹ ਕੇਸ ਚੱਲਿਆ, ਕੇਸ ਚੱਲਿਆ ਤਾਂ ਉਹ ਕੇਸ ਫਿਰ ਉਹ ਟਾਈਮ ਇਹੋ ਜਿਹਾ ਸੀ, ਕੇਸ ਫਿਰ ਜੇਲ੍ਹ ਦੇ ਅੰਦਰ ਅਦਾਲਤ ਲੱਗਦੀ ਸੀ। ਕਿਹੜੀ ਜੇਲ੍ਹ 'ਚ? ਸੰਗਰੂਰ, ਇਹ ਸੰਗਰੂਰ ਜੇਲ੍ਹ ਦੇ ਵਿੱਚ ਸੀ। ਫਿਰ ਜਦੋਂ ਗਿਆਨ ਸਿੰਘ ਫੜਿਆ ਗਿਆ, ਬਿੱਲੇ ਦੀ, ਹਰਵਿੰਦਰ ਸਿੰਘ ਦੀ ਤਾਂ ਮੌਤ ਹੋ ਗਈ, ਗਿਆਨ ਸਿੰਘ ਜਿਉਂਦਾ ਸੀ। ਫਿਰ ਗਿਆਨ ਸਿੰਘ ਤੋਂ ਉਹਨਾਂ ਨੇ ਸਾਰੀ ਕਹਾਣੀ ਪੁੱਛ ਲਈ, A to Z ਕਹਾਣੀ ਵੀ ਕਿਵੇਂ ਇਹ ਹੋਇਆ, ਵਾਰਦਾਤ ਕਿਹਨੇ, ਕਿਵੇਂ, ਫਿਰ ਕੀ ਤੁਹਾਨੂੰ ਯਾਦ ਆ ਉਹ ਕਹਾਣੀ ਸਾਰੀ? ਹਾਂ, ਮੈਨੂੰ ਕਹਾਣੀ ਯਾਦ ਆ, ਉਹ ਕਿਵੇਂ ਹੋਇਆ ਸਾਰਾ ਉਹ। ਉਹਨਾਂ ਨੇ ਫਿਰ ਦੱਸਿਆ ਵੀ ਅਸੀਂ ਤਾਂ ਪਿੰਡਾਂ ਦੇ ਬੰਦੇ ਸੀਗੇ, ਅਸੀਂ ਜਰਨੈਲ ਦੇ ਸੰਪਰਕ 'ਚ ਸੀਗੇ, ਅਤੇ ਜਰਨੈਲ ਸਿੰਘ ਵੱਡਾ ਖੜਕੂ ਸੀ ਹਲਵਾਰਾ, ਸਾਨੂੰ ਉਹਨੇ ਤਿਆਰ ਕੀਤਾ। ਅਸੀਂ ਉਹਦੇ ਉਹਨੂੰ ਕਿਹਾ ਸੀ ਵੀ ਸਾਨੂੰ ਕੋਈ ਕੰਮ ਦੱਸੀ, ਉਹਨੇ ਸਾਨੂੰ ਇਸ ਕੰਮ ਦੇ ਲਈ ਵਰਤਿਆ। ਅਤੇ ਅਸੀਂ ਕਹਿੰਦੇ ਵੀ 12 ਤਰੀਕ ਨੂੰ ਹੀ ਆ ਗਏ ਸੀ, ਲੈ ਕੇ ਆ ਗਏ, ਅਤੇ 12 ਤਰੀਕ ਨੂੰ ਸਾਨੂੰ ਪਤਾ ਨਹੀਂ ਸੀ ਵੀ ਕਾਨਫਰੰਸ ਕੈਂਸਲ ਹੋ ਗਈ। ਅਤੇ ਸਾਨੂੰ ਜਦੋਂ ਰਸਤੇ 'ਚ ਪਤਾ ਲੱਗਿਆ, ਅਸੀਂ ਫਿਰ ਮੁੜ ਗਏ। ਫਿਰ ਇਹ ਠੁੱਲੀ ਵਾਲ ਪਿੰਡ ਸੀ ਬਰਨਾਲੇ ਦੇ ਲਾਗੇ,
ਇਹ ਫਿਰ ਠੁੱਲੀ ਵਾਲ ਦੇ ਪਿੰਡ ਦੇ ਵਿੱਚ ਹੀ ਰਹੇ 8 ਦਿਨ। ਉੱਥੋਂ ਪਤਾ ਲੱਗ ਗਿਆ ਵੀ ਹੁਣ 8 ਦਿਨ ਲੇਟ ਹੋ ਗਈ, ਹੁਣ 20 ਅਗਸਤ ਨੂੰ ਹੋਊ ਕਾਨਫਰੰਸ। ਫਿਰ 8 ਦਿਨ ਉੱਥੇ ਹੀ ਰਹੇ, ਮੋਟਰਾਂ 'ਤੇ ਠਹਿਰਾਂ ਸੀਗੀਆਂ। ਉੱਥੋਂ ਦੇ 2 ਮੁੰਡੇ ਸੀ, ਇੱਕ ਜਸਵੀਰ ਸਿੰਘ ਸੀ ਅਤੇ ਇੱਕ ਦਰਸ਼ਨ ਸਿੰਘ ਸੀ, ਉਹ ਵੀ ਇਹਦੇ ਵਿੱਚ ਨਾਮਜ਼ਦ ਹੋਏ, ਹਾਂ ਕੇਸ ਦੇ ਵਿੱਚ ਸੀ। ਫਿਰ ਉਹ ਸਾਰਿਆਂ ਦੇ ਨਾਂ ਗਿਆਨ ਸਿੰਘ ਨੇ ਦੱਸੇ। ਫਿਰ 6-7 ਬੰਦੇ ਉਹ ਕੇਸ ਦੇ ਵਿੱਚ ਪਏ, ਬਿੱਲੇ ਦੀ ਮੌਤ ਹੋ ਗਈ ਅਤੇ ਗਿਆਨ ਸਿੰਘ ਨੇ ਫਿਰ ਸਾਰੀ ਉਹ ਕਹਾਣੀ ਦੱਸਤੀ। ਉਹਦੇ ਵਿੱਚ ਫਿਰ ਇਹ ਕੇਸ ਚੱਲਿਆ, ਪਹਿਲਾਂ ਸੰਗਰੂਰ ਜੇਲ੍ਹ ਦੇ ਵਿੱਚ ਚੱਲਿਆ ਅਤੇ ਉਹਦੇ ਵਿੱਚ ਫਿਰ ਸਾਨੂੰ ਪੁਲਿਸ ਨੇ ਕਿਹਾ ਵੀ ਤੁਸੀਂ, ਵਕੀਲਾਂ ਨੇ ਵੀ ਮੈਨੂੰ ਕਹਿੰਦੇ ਵੀ ਤੂੰ ਸ਼ਨਾਖਤ ਕਰਨੀ ਆ ਗਿਆਨ ਸਿੰਘ ਦੀ, ਵੀ ਉਹ ਜੇਲ੍ਹ ਦੇ ਵਿੱਚ ਆ। ਮੈਂ ਕਿਹਾ ਵੀ ਸ਼ਨਾਖਤ ਤਾਂ ਹੁਣ 1-2 ਮਿੰਟ ਅਸੀਂ ਘੁਲੇ ਹਾਂ, ਹੈ ਨਾ, ਇੰਨੇ 4-5 ਸਾਲ ਹੋ ਗਏ ਵੀ ਮੇਰੇ ਤਾਂ ਉਹਦੀ ਸ਼ਕਲ ਯਾਦ ਨਹੀਂ ਹੈ, ਵੀ ਮੈਂ ਕਿਵੇਂ ਪਛਾਣ ਕਰੂੰਗਾ, ਮੈਨੂੰ ਤਾਂ ਪਤਾ ਨਹੀਂ ਉਹਦੇ ਸ਼ਕਲ ਕਿਸ ਤਰ੍ਹਾਂ ਦੀ ਸੀ। ਮੈਨੂੰ ਮੋਟਾ ਜਿਹਾ ਪਤਾ ਵੀ ਇਸ ਤਰ੍ਹਾਂ ਮੁੰਡਾ ਸੀ ਇੰਨੀ ਉਮਰ ਦਾ, ਅਤੇ ਉਹ ਕਹਿੰਦੇ ਵੀ ਤੈਨੂੰ ਦਿਖਾ ਦਿਆਂਗੇ ਅਸੀਂ। ਮੈਂ ਕਿਹਾ ਵੀ ਚਲੋ ਜੇ ਦਿਖਾ ਦਿਓਗੇ ਫਿਰ ਅਸੀਂ ਸ਼ਨਾਖਤ ਕਰ ਦਿਆਂਗੇ, ਫਿਰ ਤਾਂ ਸੌਖਾ ਜੇ ਦਿਖਾ ਦਿਓਗੇ। ਪਰ ਅਦਾਲਤ ਜੇਲ੍ਹ ਦੇ ਅੰਦਰ ਜੱਜ ਬੈਠਦਾ ਸੀ, ਤਾਂ ਫਿਰ ਸਾਨੂੰ CBI ਅੰਦਰ ਲੈ ਗਈ, ਤਾਂ ਉਹ ਕੀ ਸੀ, ਉਹ 6-7 ਜਾਣੇ ਅੰਦਰੋਂ ਜੇਲ੍ਹ 'ਚੋਂ ਆਉਂਦੇ ਬਾਈ ਦਵਿੰਦਰ, ਉਹਨਾਂ ਨੂੰ ਵੀ ਵਕੀਲਾਂ ਦਾ ਬਹੁਤ ਸਮਝਾਇਆ ਵਾ ਸੀ ਵੀ ਤੁਹਾਨੂੰ ਸ਼ਕਲਾਂ ਨਾ ਦਿਖਾਉਣ, ਅਤੇ ਉਹਨਾਂ ਦੇ ਬਿਲਕੁਲ ਇੱਕੋ ਜਿਹੇ ਕੱਪੜੇ ਚੋਲੇ ਪਾਏ ਹੁੰਦੇ, ਪੀਲੀਆਂ ਪੱਗਾਂ ਗੋਲ ਬੰਨੀਆਂ ਇੱਥੇ ਤੱਕ ਮੱਥੇ ਤੱਕ, ਅਤੇ ਇੱਥੇ ਤੱਕ ਮੂੰਹ ਢੱਕੇ ਹੋਣੇ, ਐਨਕਾਂ ਲੱਗੀਆਂ ਹੋਣੀਆਂ, ਉਹਨਾਂ ਦਾ ਤਾਂ ਪਤਾ ਹੀ ਨਾ ਲੱਗਣਾ ਸਾਨੂੰ। ਫਿਰ ਉਹ CBI ਸਾਨੂੰ ਦਿਖਾ ਨਾ ਸਕੀ, ਸ਼ਕਲਾਂ ਤਾਂ ਪਤਾ ਨਾ ਲੱਗਿਆ, ਅਤੇ ਫਿਰ ਸਾਡੀਆਂ ਗਵਾਹੀਆਂ ਹੋਈਆਂ, ਫਿਰ ਗਵਾਹੀਆਂ ਪੂਰੀ ਤਰ੍ਹਾਂ ਪਛਾਣ ਨਾ ਹੋਈ, ਠੀਕ ਨਾ ਹੋਈਆਂ, ਫਿਰ CBI ਨੇ ਕੇਸ ਬੰਦ ਕਰਤਾ, ਹਾਈ ਕੋਰਟ 'ਚੋਂ ਸਟੇਅ ਲੈ ਲਈ। ਫਿਰ 4-5 ਸਾਲ ਕੇਸ ਬੰਦ ਰਿਹਾ, ਗਵਾਹੀਆਂ ਬੰਦ ਰਹੀਆਂ। ਉਦੋਂ ਬਾਅਦ ਫਿਰ ਨਾਭੇ ਜੇਲ੍ਹ ਦੇ ਵਿੱਚੋਂ ਸ਼ਿਫਟ ਹੋ ਗਏ, ਫਿਰ ਨਾਭੇ ਜੇਲ੍ਹ ਦੇ ਵਿੱਚੋਂ ਕੇਸ ਚੱਲਿਆ, ਅਤੇ ਉਹ ਸ਼ਨਾਖਤ ਦੇ ਦੌਰਾਨ ਪਰ ਬੜਾ ਵੱਡਾ CBI ਦੇ ਵਕੀਲ ਨੇ, ਬੜੇ ਵੱਡੇ ਵਕੀਲ ਹੁੰਦੇ ਨੇ, ਅਤੇ ਉਹਨਾਂ ਨੇ ਸਾਨੂੰ ਸਾਡੇ ਰਾਹੀਂ ਜਿੰਨਾ ਕੁ ਉਹਨਾਂ ਨੂੰ ਲੱਗਦਾ ਸੀ ਉਹਨਾਂ ਨੇ, ਅਸੀਂ ਕੋਸ਼ਿਸ਼ ਕੀਤੀ ਦੇ ਦਈਏ ਜਿਵੇਂ ਉਹਨਾਂ ਨੂੰ ਸੀ, ਉਹ ਆਪਦੇ ਮੁਤਾਬਕ ਕਹਾਉਂਦੇ ਰਹੇ। ਫਿਰ ਨਾਭੇ ਦਾ ਕੇਸ ਦਾ ਫੈਸਲਾ ਹੋਇਆ, ਫਿਰ ਉਹਦੇ ਵਿੱਚ ਗਿਆਨ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ ਅਤੇ ਦੂਜਿਆਂ ਨੂੰ 20-20 ਸਾਲ ਉਮਰ ਕੈਦ ਹੋ ਗਈ। ਅਤੇ ਫਿਰ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ ਗਿਆ, ਹਾਈ ਕੋਰਟ ਨੇ ਗਿਆਨ ਸਿੰਘ ਦੀ ਫਾਂਸੀ ਤੋੜਤੀ, ਉਹਨੂੰ ਵੀ 20 ਸਾਲ ਕੈਦ ਰੱਖਤੀ, ਦੂਜਿਆਂ ਨੂੰ ਵੀ। ਫਿਰ ਇਹ 14-15 ਸਾਲ ਜੇਲ੍ਹ ਭੁਗਤ ਕੇ ਉਦੋਂ ਬਾਅਦ ਇਹ ਮੁੰਡੇ ਸਾਰੇ ਰਿਹਾਅ ਹੋ ਕੇ ਫਿਰ ਆਏ। ਤੁਸੀਂ ਕਿਹੋ ਜਿਹਾ ਦੌਰ ਹੰਡਾਇਆ, ਕੋਈ ਧਮਕੀ ਜਾਂ ਇਹਨਾਂ ਦੇ ਕੋਈ ਤੁਹਾਨੂੰ ਆਹਮੋ ਸਾਹਮਣੇ ਕੀਤਾ, ਕੋਈ ਆਰਗੂਮੈਂਟ ਹੋਈ ਤੁਹਾਡੀ ਇਹਨਾਂ ਨਾਲ ਬਹਿਸ? ਧਮਕੀਆਂ ਤਾਂ ਬਾਈ ਜੀ ਰੋਜ਼ ਹੀ ਇਹਨਾਂ ਦੇ ਫੋਨ ਆਉਂਦੇ ਸੀ, ਲੈਂਡਲਾਈਨ ਹੁੰਦੀ ਸੀ, ਕਿਉਂਕਿ ਉਸ ਦੌਰ ਦੇ ਵਿੱਚ ਖਾੜਕੂਆਂ ਦੇ ਖਿਲਾਫ ਗਵਾਹੀ ਦੇਣੀ ਕੋਈ ਖਲਾਈ ਦਾ ਬੜਾ ਗੱਲ ਸੀ, ਬਹੁਤ ਵੱਡੀ ਔਖੀ ਗੱਲ ਸੀ, ਘਰੋਂ ਪ੍ਰੈਸ਼ਰ ਬਹੁਤ ਜ਼ਿਆਦਾ ਸੀ, ਬੱਚੇ ਛੋਟੇ ਛੋਟੇ ਸੀ, ਐਂ ਲੱਗਦਾ ਸੀ ਵੀ ਬੱਚੇ ਮਾਰ ਦੇਣਗੇ, ਕਿਵੇਂ ਦਿੱਤੀ ਜਾਵੇ। ਪਰ ਇਹ ਵੀ ਸੀ ਵੀ ਇੱਕ ਗੱਲ ਸੀ CBI ਦੀ ਬਾਈ ਦਵਿੰਦਰ, ਵੀ CBI ਨੇ ਝੂਠੀ ਗਵਾਹੀ ਨਹੀਂ ਦਵਾਉਂਦੀ, ਇਹ ਬਹੁਤ ਅਸੀਂ ਦੇਖਿਆ, ਜਿਵੇਂ ਪੁਲਿਸ ਕੇਸ ਨੂੰ ਘੜ ਲੈਂਦੀ ਆ, ਬਣਾ ਲੈਂਦੀ ਆ, CBI ਐਂ ਨਹੀਂ ਕਰਦੀ, CBI ਬਿਲਕੁਲ ਸੱਚੀ ਕਹਾਣੀ ਬਣਾਉਂਦੀ ਆ। ਉਹਦੇ ਵਿੱਚੋਂ ਹੀ ਉਹਨਾਂ ਦੇ ਵੱਡੇ ਵਕੀਲ ਆ, ਉਹ DIG ਰੈਂਕ ਸੀ, BK Saxena ਸ਼ਾਇਦ ਉਹ ਵਕੀਲ ਸੀਗੇ, ਉਹਨਾਂ ਨੇ ਕੇਸ ਆਰਗੂ ਕਰਿਆ, ਅਤੇ ਇੱਧਰੋਂ ਵੀ ਵਕੀਲ ਤਕੜੇ ਸੀਗੇ ਇਹਨਾਂ ਦੇ, ਖਾੜਕੂ ਧਿਰਾਂ ਦੇ ਵੀ, ਅਤੇ ਪਰ ਫਿਰ ਵੀ ਉਹ ਕੇਸ ਨੂੰ ਸਜ਼ਾ ਕਰਾ ਗਏ ਉਹ। ਅਤੇ ਅਸੀਂ ਜਿੰਨੀ ਕੁ ਸਾਤੋਂ ਜੋ ਸੱਚੀ ਕਹਾਣੀ ਸੀ CBI ਨੇ ਉਹੀ ਸਾਤੋਂ ਪੁੱਛੀ ਆ, ਅਤੇ ਕਹਾਣੀ ਤਾਂ ਫਿਰ ਉਹ ਰੋਜ਼ ਹੀ ਸੁਨੇਹੇ ਮਿਲਦੇ ਸੀ, ਫੋਨ ਆਉਂਦੇ ਸੀ, ਕਦੇ ਕਿੱਧਰੋਂ ਸੁਨੇਹਾ ਲੱਗ ਗਿਆ, ਸਮਾਜ ਦੇ ਵਿੱਚੋਂ ਵੀ ਖਾੜਕੂ ਧਿਰਾਂ ਦੇ ਜਿਹੜੇ ਲੋਕ ਸੀ ਉਹ ਵੀ ਸਾਰਾ ਦਿਨ ਕਹਿੰਦੇ ਸੀ ਵੀ ਦੇਖਿਓ ਯਾਰ ਵੱਡੀ ਦੁਸ਼ਮਣੀ ਪੈ ਗਈ, ਤੁਸੀਂ ਤੁਹਾਨੂੰ ਮਾਰ ਦੇਣਗੇ, ਤੁਹਾਡੇ ਪਰਿਵਾਰ ਮਾਰ ਦੇਣਗੇ, ਅਤੇ ਤੁਹਾਡੇ ਬੱਚੇ ਮਾਰ ਦੇਣਗੇ, ਅਤੇ ਬਹੁਤ ਬਹੁਤ ਔਖਾ ਦੌਰ ਕੱਢਿਆ ਸੱਚਮੁੱਚ, ਬੇਹੱਦ ਔਖਾ ਦੌਰ ਕੱਢਿਆ। ਅਤੇ ਪਰ ਇੱਕ ਗੱਲ ਮਨ 'ਚ ਐਂ ਲੱਗਦੀ ਸੀ ਵੀ ਦੋਨੇ ਧਿਰਾਂ ਦਾ ਨਾ ਐਂ ਲੱਗਦਾ ਸੀ ਕਿਸੇ ਦਾ ਕੋਈ ਕਸੂਰ ਨਹੀਂ। ਖਾੜਕੂ ਧਿਰਾਂ ਸੀ ਉਹ ਕਹਿੰਦੇ ਸੀ ਅਸੀਂ ਆਪਦੀ ਕੌਮ ਦੀ ਲੜਾਈ ਲੜਦੇ ਹਾਂ, ਸੰਤ ਕਹਿੰਦੇ ਸੀ ਮੈਂ ਆਪਦੀ ਕੌਮ ਲਈ, ਅਕਾਲੀ ਦਲ ਕਹਿੰਦਾ ਸੰਤ ਕਹਿੰਦੇ ਸੀ ਮੈਂ ਆਪਦੀ ਕੌਮ ਦਾ ਭਲਾ ਚਾਹੁੰਦਾ, ਕਿਉਂਕਿ ਗਰੀਲੇ ਵੀ ਜਿਹੜੇ ਇਸ ਤਰ੍ਹਾਂ ਦੀ ਲੜਾਈ ਲੜਦੇ ਉਹਨਾਂ ਦੇ ਵੀ ਕਾਲਰਾਂ 'ਚ ਸੈਨੇਟ ਹੁੰਦੇ ਸੀ, ਕੋਈ ਇਹ ਤਾਂ ਹੈ ਨਹੀਂ ਸੀ ਉਹਨਾਂ ਨੇ ਕੁਰਸੀ ਦੀ ਪ੍ਰਾਪਤੀ ਕਰਨੀ ਸੀ, ਉਹਨਾਂ ਨੂੰ ਵੀ ਪਤਾ ਹੁੰਦਾ ਸੀ ਪਤਾ ਨਹੀਂ ਕਿਹੜੇ ਵੇਲੇ ਮੌਤ ਆ ਜਾਣੀ ਆ, ਉਹਨਾਂ ਨੂੰ ਉਹ ਰਾਹ ਚੰਗਾ ਲੱਗਦਾ ਸੀ। ਅਤੇ ਜਿਹੜੇ ਸ਼ਾਂਤੀ ਵਾਲੇ ਸੀ ਉਹ ਕਹਿੰਦੇ ਸੀ ਨਹੀਂ ਆਪਾਂ
बैठ के गल नबेड़ लीए मार मराइए दे विचों कुछ नहीं मिलता। सो हुण पता नहीं उत्थे कोई उन्हां नूं कहिंदा ओह गलत सी, कोई दूजियां नूं कहिंदा ओह गलत सी, पर असीं सोचदे सी वी नहीं सारे ठीक ने। रिहा होने तो बाद तो नहीं जो इन्हां ने सज़ा भुगतनी तुहानूं कोई धमकी दित्ती जां कुछ नहीं? 14-15 साल फिर जेलां भुगत के आ गए ते फिर उदू बाद कदे टाकरा होया फिर इन्हां नाल? हाँ, जसवीर सिंह और जिवें दर्शन और अपने पिंडां दे मुंडे आ इलाके च रहिंदे आ इह, कदे ना कदे किसे ब्याह मंगणे च कट्टे कोई गुस्सा गला तां नहीं यार कीता? कदे नहीं उन्हां ने कोई ऐं करी, बस घटना सी होई लांघी। हाँ बस होई लांघी, नाले उन्हां नूं वी फिर पता सीगा वी अचानक गल्लां वापर गईआं ते किहड़ा कोई मत के हुण मेरी किहड़ा कोई उत्थे ड्यूटी सी, मैनूं इक पल दी ना कोई तुहाडी किसे नाल निजी दुश्मनी सी, ना कोई निजी दुश्मनी सी, ना कोई इह ड्यूटी सी वी मैं किसे नूं फड़ना सी चिंबड़ना सी। अचानक वो एक सकिंट की गल सी, वो मारन लगे, मैनू लग्या भी ना मारन, भी संत इन्ने चंगे ने इस तरह दियां गल्लां करदे। तुहानूं गवाह क्यों बनाया उन्होंने स्पैशली? गवाह भाई जी मैं फट्टड़ हो गया, फिर फट्टड़ बंदा जदों कोई। तुसीं तैयार किवें होए फिर कादे लई? मन किवें गए मैं तैयार हां गवाही देणी पैंदी आ गवाही फट्टड़ बंदे नूं, कोई भी फट्टड़ हो जांदा बंदे मुकर भी जांदे, अदालत च जाणा पैंदा बंदे मुकर भी जांदे ने, उत्थे जा के मुकरो चाहे देवो पर तुहानूं जज दे सामणे जाणा पैंदा। तुसीं कि मैं उह कहिंदा तुसीं किवें स्टैंड कर गए मुकरे नहीं? नहीं मुकरे फिर वो कहिंदे सीबीआई कहिंदी सी वी असीं तुहानूं झूठी गल कहाउणी ही नहीं कोई, तुसीं एजेंट जो गल होई आ उवें ही दस दिओ बस, तुसीं तां सच बयान कीता। हाँ भी जिवें होया जिवें तुहानूं गल दसी आई असीं जजां नूं दसती भी ऐं गए सी ऐं गल हुई ऐं घटना हुई। बहुत बहुत धन्नवाद जथेदार करमजीत सिंह जी, तुसीं इस असीं इह कह लईए भी उस दौर दा इक ओह चैप्टर ओह अध्याय ओह इक पन्ना लखां करोड़ां जिहड़े पंजाबियां नाल सांझा कीता है, जिन्हां बारे उस पीढ़ी दे असीं तां उस पीढ़ी दे दौर दे जिहड़े है बंदे है सानूं भी नहीं पता ते नवें दौर दे जिहड़े बच्चे ने उहनां नूं तां बिल्कुल ही नहीं पता। शायद ये साडा जिहड़ा प्रोग्राम है ये सिर्फ जानकारी देण लई है, ना तां किसी दे मन नूं ठेस पहुँचाउण लई है, ना किसी का नुकसान करन लई है, ये नरोल जिहड़ा सारा है ये जानकारी देण लई है तां जो करमजीत सिंह जी बिल्लू उस केस दे गवाह सन वह सारी जानकारी जिहड़ी है वह तुहाडे नाल साझी कर सकण। धन्नवाद। धन्नवाद भाई जी, बहुत बहुत धन्नवाद, तुसीं मौका दिता आपां इह घटना नूं थोड़े नाल स्रोतियां नाल सांझी कीता भाई जी, बहुत बहुत धन्नवाद। दोस्तों, साढ़े चैनल की इस वीडियो नूं अंत तक देखने लई समुची टीम तुहाडी धन्नवादी है। तुसीं इस वीडियो नूं लाइक करन लई बैल दा बटन जरूर दबाओ अते चैनल नूं सबसक्राइब भी जरूर करना तां जो तुहाडे तक तत्पूर्ण ते सही जानकारी पहुँचाई जा सके। हो सके तां साडी हौसला अफजाई लई कमेंट भी करना। धन्नवाद।